ਦਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਤੁਸੀਂ ਇਸ ਸ਼ੋਅ ਨੂੰ ਨਾਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਲਾਈਵ ਮੰਡੇ ਤੋਂ ਫਰਾਈਡੇ ਦੇਖ ਸਕਦੇ ਜੇ। ਇਹ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ ਜਦੋਂ ਤੁਸੀਂ ਸਾਰੇ ਦਰਸ਼ਕ ਪੁਰਾਣੀ ਰਿਕਾਰਡਿੰਗ ਸੁਣ ਸਕਦੇ ਜੇ, ਉਸ ਵੇਲੇ ਤੁਸੀਂ ਸਵਾਲ ਜਵਾਬ ਨਹੀਂ ਕਰ ਸਕਦੇ। ਕੈਨੇਡਾ ਦੇ ਕੁਝ ਹਿੱਸਿਆਂ 'ਚ ਇਹ ਸ਼ੋਅ ਹਾਲੇ ਲਾਈਵ ਨਹੀਂ ਦੇਖਿਆ ਜਾ ਰਿਹਾ। ਮੈਂ ਇਹ ਰੋਜ਼ ਇਸ ਕਰਕੇ ਤੁਹਾਨੂੰ ਦੱਸਦਾ ਵਾਂ ਕਿਉਂਕਿ ਮੈਨੂੰ ਬਹੁਤ ਸਾਰੀਆਂ ਕਾਲਸ ਕਈ ਥਾਵਾਂ ਤੋਂ, ਖਾਸ ਕਰਕੇ ਸਸਕੈਚੁਆਨ, ਐਲਬਰਟਾ, ਬ੍ਰਿਟਿਸ਼ ਕੋਲੰਬੀਆ ਵਗੈਰਾ ਤੋਂ ਕਾਲਸ ਆਉਂਦੀਆਂ ਰਹਿੰਦੀਆਂ ਵਾਂ ਕਿ ਅਸੀਂ ਇਸ ਸ਼ੋਅ ਦੇ ਵਿੱਚ ਹਿੱਸਾ ਕਿਉਂ ਨਹੀਂ ਲੈ ਸਕਦੇ। ਕਿਉਂਕਿ ਉਹ ਹਿੱਸਾ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਹਾਲੀ ਉਹਨਾਂ ਇਲਾਕਿਆਂ 'ਚ ਸ਼ੋਅ ਲਾਈਵ ਨਹੀਂ ਜਾ ਰਿਹਾ। ਸਾਡੀ ਵੈਸੇ ਕੋਸ਼ਿਸ਼ ਆ ਕਿ ਕੁਝ ਦਿਨਾਂ ਤੱਕ ਇਹਨਾਂ ਥਾਵਾਂ 'ਤੇ ਵੀ ਅਸੀਂ ਲਾਈਵ ਪਹੁੰਚ ਸਕੀਏ ਔਰ ਉੱਥੋਂ ਦੇ ਦਰਸ਼ਕ ਇਹਦੇ 'ਚ ਹਿੱਸਾ ਲੈ ਸਕਣ। ਹੁਣ ਆਪਾਂ ਆਉਂਦੇ ਹਾਂ ਅੱਜ ਦੇ ਮਸਲੇ 'ਤੇ। ਬੁੱਧਵਾਰ ਨੂੰ ਮੋਹਾਲੀ ਸਥਿਤ 2 ਦਿਨਾਂ ਦੀ ਪ੍ਰੋਗਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਸ਼ੁਰੂ ਹੋਈ ਹੈ। ਜਿਵੇਂ ਕਿ ਇਸ ਸਮਿਟ ਦਾ ਨਾਂ ਦਰਸਾਉਂਦਾ ਹੈ, ਇਸ ਇਕੱਠ ਦਾ ਬੇਸਿਕ ਮੰਤਵ ਜਿਹੜਾ ਵਾ ਉਹ ਹੈ ਪੰਜਾਬ 'ਚ ਹੋਰ ਨਿਵੇਸ਼ ਇਨਵੈਸਟਮੈਂਟ ਲਿਆਉਣ ਦਾ। ਇਹਦਾ ਮੰਤਵ ਇਹ ਵੀ ਆ ਕਿ ਉਦਯੋਗ ਨੂੰ, ਇੰਡਸਟਰੀ ਨੂੰ ਪੰਜਾਬ 'ਚ ਬੜਾਵਾ ਦਿੱਤਾ ਜਾਵੇ। ਇਹਦੀਆਂ ਤਿਆਰੀਆਂ ਤੁਹਾਨੂੰ ਪਤਾ ਹੀ ਹੈ, ਕਈ ਦਿਨਾਂ ਤੋਂ ਚੱਲ ਰਹੀਆਂ ਸਨ। ਅਖਬਾਰਾਂ ਅਤੇ ਟੀਵੀ ਦੇ ਵਿੱਚ ਬਹੁਤ ਵੱਡੇ ਵੱਡੇ ਇਸ਼ਤਿਹਾਰ ਵੀ ਇਹਦੇ ਬਾਰੇ ਆ ਰਹੇ ਸਨ। ਇਹਨਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਮੁਲਕ ਵਿੱਚ ਪੰਜਾਬ ਸਭ ਤੋਂ ਵਧੀਆ ਬਿਜ਼ਨਸ ਕਰਨ ਦੀ ਥਾਂ। ਇਸ ਤੋਂ ਪਹਿਲਾਂ ਜਿਹੜੀ ਪਹਿਲੀ ਇਨਵੈਸਟਮੈਂਟ ਸਮਿਟ ਅੱਜ ਤੋਂ ਕਰੀਬ 2 ਸਾਲ ਪਹਿਲਾਂ 2013 ਦਸੰਬਰ 'ਚ ਹੋਈ ਸੀ, ਉਸ ਵੇਲੇ 65,000 ਕਰੋੜ ਰੁਪਏ ਦੇ ਨਿਵੇਸ਼ ਦੇ ਵਾਅਦੇ ਹੋਏ ਸਨ। ਉਸ ਤੋਂ ਬਾਅਦ ਪੰਜਾਬ 'ਚ ਨਿਵੇਸ਼ ਸਿਖਾਉਣਾ ਬਣਾਉਣ ਵਾਸਤੇ ਇੱਕ ਇਨਵੈਸਟਮੈਂਟ ਬਿਊਰੋ ਦਾ ਗਠਨ ਵੀ ਹੋਇਆ ਸੀ। ਇਹਨਾਂ ਕਦਮਾਂ ਦੇ ਬਾਵਜੂਦ ਹੁਣ ਤੱਕ ਕੋਈ ਬਹੁਤਾ ਨਿਵੇਸ਼ ਤਾਂ ਨਹੀਂ ਆਇਆ। ਪੰਜਾਬ ਦੇ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਸਿਰਫ 15-20 ਹਜ਼ਾਰ ਕਰੋੜ ਰੁਪਈਏ ਦਾ ਨਿਵੇਸ਼ ਇੱਥੇ ਹੋਇਆ ਹੈ। ਉਦਯੋਗ ਦੇ ਜਿਹੜੇ ਸੋਰਸਿਜ਼ ਆ ਉਹਨਾਂ ਦਾ ਦਾਅਵਾ ਵਾ, ਇੰਡਸਟਰੀ ਸੋਰਸ ਦਾ ਦਾਅਵਾ ਵਾ ਕਿ ਅਸਲ 'ਚ ਅਸਲ ਨਿਵੇਸ਼ ਇਸ ਤੋਂ ਵੀ ਘੱਟ ਆਇਆ। ਇਹ ਕਾਫੀ ਜਿਹੜੀਆਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਿਵੇਸ਼ ਆਇਆ ਵਾ, ਇਹਦੇ ਕੰਮ ਪਹਿਲਾਂ ਤੋਂ ਚੱਲ ਰਿਹਾ ਸੀਗਾ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਪੁਰਾਣੇ ਉਦਯੋਗ ਜਿਹੜੇ ਆ ਉਹਨਾਂ ਦੀ ਕਾਫੀ ਮੰਦੀ ਹਾਲਤ ਆ। ਬਹੁਤ ਥਾਵਾਂ 'ਤੇ ਇਹ ਯੂਨਿਟਸ ਬੰਦ ਹੋ ਰਹੀਆਂ, ਖਾਸ ਕਰਕੇ ਗੋਬਿੰਦਗੜ੍ਹ ਵਗੈਰਾ ਵਗੈਰਾ ਜਿਹੜੀਆਂ ਜਿੱਥੇ ਪੁਰਾਣੀ ਇੰਡਸਟਰੀ ਸੀਗੀ ਉੱਥੇ। ਗੋਬਿੰਦਗੜ੍ਹ ਨੂੰ ਤੁਹਾਨੂੰ ਪਤਾ ਹੈ ਫਾਊਂਡਰੀਜ਼ ਵਾਸਤੇ ਜਾਣਿਆ ਜਾਂਦਾ ਸੀਗਾ, ਸੋ ਉੱਥੇ ਬਹੁਤ ਸਾਰਾ ਨਿਵੇਸ਼ ਜਿਹੜਾ ਵਾ ਉਹ ਬੰਦ ਹੋ ਗਿਆ ਵਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿੰਨਾ ਕੁ ਇਸ ਵੇਲੇ ਇਹ ਜਿਹੜੀ ਇਹੋ ਜਿਹੀ ਇਨਵੈਸਟਮੈਂਟ ਸਬਮਿਟ ਹੋ ਰਹੀ ਹੈ ਇਹਦਾ ਕਿੰਨਾ ਕੁ ਫਾਇਦਾ ਵਾ, ਇਹਦੇ ਬਾਰੇ ਅਸੀਂ ਤੁਹਾਡੇ ਵਿਚਾਰ ਵੀ ਜਾਣਨਾ, ਕਿਉਂਕਿ ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਏ ਆ, ਆਓ ਉਹਨਾਂ ਦੇ ਪਹਿਲੋਂ ਵਿਚਾਰ ਸੁਣ ਲੈਂਦੇ ਹਾਂ। ਹੈਲੋ ਹੈਲੋ ਸੰਧੂ ਸਰ। ਹਾਂਜੀ ਹਾਂਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਹਾਂਜੀ ਭਾਈ ਸਾਹਿਬ ਦੱਸੋ ਕੀ ਕਹਿਣਾ ਚਾਹੁੰਦੇ। ਮੈਂ ਅਲਬੇਲ ਸਿੰਘ ਗਰੇਵਾਲ ਜੀ ਟੋਰਾਂਟੋ ਤੋਂ ਬੋਲ ਰਿਹਾ। ਹਾਂਜੀ ਅਲਬੇਲ ਸਿੰਘ ਜੀ ਸਵਾਗਤ ਹੈ। ਜਿਹੜੇ ਤੁਸੀਂ ਕੱਲ 2 ਮਸਲੇ ਰੱਖੇ ਸੀ ਮੈਂ ਉਹਨਾਂ ਬਾਰੇ ਆਪਣੇ ਵਿਚਾਰ ਰੱਖਣਾ ਚਾਹੁੰਦਾ ਸੀ, ਪਰ ਮੈਂ ਤੁਹਾਨੂੰ ਕਨੈਕਟ ਨਹੀਂ ਕਰ ਸਕਿਆ ਇਮੀਡੀਏਟਲੀ। ਓਕੇ। ਤੇ ਉਹ ਜਿਹੜੇ ਮਸਲੇ ਸੀ DGP ਨੂੰ ਬਦਲੀ ਕਰਨਾ ਜੀ, ਤੇ 5 ਪਿਆਰੇ ਨੂੰ ਬਹਾਲ ਕਰਨਾ ਜੀ ਜੀ। ਸੰਧੂ ਸਾਹਿਬ ਇਹਦੇ ਵਿੱਚ ਇਹਨਾਂ ਲੋਕਾਂ ਦੀ ਕੋਈ ਸੱਚਾਈ ਨਹੀਂ ਹੈ, ਕੋਈ ਇਹਨਾਂ ਨੇ ਜ਼ਬਰਦਸਤੀ ਇਹ ਕੰਮ ਕੀਤੇ ਨੇ ਜੀ। ਜਦੋਂ ਕਿ ਪੰਥ ਦਾ ਰੋਹ ਅੱਗੇ ਇਹਨਾਂ ਨੂੰ ਝੁਕਣਾ ਪਿਆ, ਔਰ ਇਹਨਾਂ ਨੇ ਆਪਣੇ ਦਿਲੋਂ ਤੋਂ ਪੰਜਾਬ ਨੂੰ ਸਹੀ ਰਸਤੇ ਤੇ ਲਿਆਉਣ ਲਈ ਕੋਈ ਕੰਮ ਨਹੀਂ ਕੀਤਾ। ਪਹਿਲੀ ਗੱਲ ਤਾਂ ਇਹ ਹੈ ਕਿ ਇਹੋ ਜਿਹੇ ਅਫਸਰ ਜਿਹਦੇ ਤੇ CBI ਦੀ ਇਨਕੁਆਇਰੀ ਚੱਲਦੀ ਹੈ ਜੀ, ਤੇ ਜਿਹਨੇ ਪੂਲੇ ਵਰਗੇ ਕੈਟ ਪਾਲੇ ਸੀ ਔਰ ਜਿਸ ਤੇ
ਸਿੱਖਾਂ ਨੂੰ ਖਤਮ ਕਰਦੇ ਦੋਸ਼ ਨੇ, ਇਸ ਨੂੰ ਲਾਉਣਾ ਹੀ ਬਾਦਲ ਦੀ ਸਭ ਤੋਂ ਵੱਡੀ ਗਲਤੀ ਸੀ, ਕਿਉਂਕਿ ਇਹ ਸਿੱਖ ਕੌਮ ਦੇ ਉੱਤੇ ਲੂਣ ਦੇ ਜ਼ਖਮਾਂ 'ਤੇ ਮੱਲਮ ਲਾਉਣ ਦੀ ਬਜਾਏ ਲੂਣ ਛਿੜਕਣਾ ਸੀ। ਇਸ ਨੂੰ ਕਈ ਤਰੱਕੀਆਂ ਦੇ ਕੇ ਡੀ ਜੀ ਪੀ ਬਣਾਇਆ ਗਿਆ, ਜਿਹੜਾ ਕਿ ਛੋਟੇ ਬਾਦਲ ਦਾ ਸਾਰਾ ਕੁਛ ਇਹਦੇ ਵਿੱਚ ਹੱਥ ਸੀ, ਕਿਉਂਕਿ ਉਹ ਟੈਰਰ ਦਾ ਮਾਹੌਲ ਬਣਾਉਣਾ ਚਾਹੁੰਦਾ ਸੀ ਤਾਂ ਕਿ ਉਹ ਆਪਣੀ ਇੰਪਾਇਰ ਨੂੰ ਪੂਰੀ ਤਰ੍ਹਾਂ ਕਾਮਯਾਬ ਕਰ ਸਕੇ ਜੀ। ਅੱਛਾ, ਦੂਜੀ ਗੱਲ ਇਹ ਹੈ ਕਿ ਡੀ ਜੀ ਪੀ ਬਦਲਣ ਨਾਲ ਕਿਉਂ ਫਰਕ ਨਹੀਂ ਪਏਗਾ, ਉਹਦਾ ਮੇਰਾ ਆਂਸਰ ਇਹ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਸਿਰਫ ਬਾਦਲ ਸੁਖਬੀਰ ਬਾਦਲ ਹੱਥ ਸੀ ਜੀ, ਤੇ ਉਹੀ ਸੁਖਬੀਰ ਬਾਦਲ ਉੱਥੇ ਹੀ ਹੈ, ਉਹੀ ਸੁਖਬੀਰ ਬਾਦਲ ਫਿਰ ਸੁਰੇਸ਼ ਅਰੋੜਾ ਨਵੇਂ ਡੀ ਜੀ ਪੀ ਤੋਂ ਕੰਮ ਕਰਵਾਏਗਾ, ਕਿਉਂਕਿ ਜਿੰਨਾ ਚਿਰ ਉਹਦੀ ਕਮਾਂਡ ਜਿਹੜੀ ਹੈ ਉਹ ਨਹੀਂ ਚੇਂਜ ਕੀਤੀ ਜਾਂਦੀ, ਉਹਨਾਂ ਚਿਰ ਅਗਲੇ ਕੰਮ, ਪੁਲਿਸ ਤਾਂ ਇੱਕ ਟੂਲ ਹੈ ਪੋਲੀਟੀਕਲ ਲੋਕਾਂ ਦੇ ਹੱਥ ਦੇ ਵਿੱਚ ਜੀ, ਤੇ ਹੁਣ ਉਹੀ ਕੰਮ ਲਈ ਸੈਨੀ ਤੋਂ ਜਿਹੜਾ ਕੰਮ ਲੈਂਦਾ ਸੀ ਉਹ ਸੁਰੇਸ਼ ਅਰੋੜਾ ਤੋਂ ਲਵੇਗਾ। ਦੂਜੀ ਗੱਲ, ਬਾਦਲ ਨੂੰ ਫਖਰੇ ਕੌਮ ਦਾ ਇਨਾਮ ਦਿੱਤਾ ਗਿਆ, ਤੁਹਾਨੂੰ ਸਭ ਪਤਾ। ਉਸ ਤੋਂ ਬਾਅਦ ਮੋਦੀ ਨੇ ਨੈਲਸਨ ਮੰਡੇਲਾ ਦੇ ਬਰਾਬਰ ਇਹਦੀ ਤੁਲਨਾ ਕੀਤੀ, ਜਿਹੜੀ ਕਿ ਬਹੁਤ ਵੱਡੀ ਇੱਕ ਨੈਲਸਨ ਮੰਡੇਲਾ ਦੀ ਬੇਇੱਜ਼ਤੀ ਵਾਲੀ ਗੱਲ ਸੀ। ਮੈਂ ਇਸ ਨੂੰ ਕਹਾਂਗਾ ਕਿ ਇਹ ਸਿੱਖ ਕੌਮ ਦਾ ਇਸ ਨੂੰ ਦਿੱਤਾ ਗਿਆ ਫਖਰੇ ਕੌਮ ਕਿ ਇਹਨੇ ਸਿੱਖ ਕੌਮ ਦਾ ਸਭ ਤੋਂ ਵੱਧ ਘਾਣ ਕੀਤਾ, ਅਕਾਲ ਤਖ਼ਤ ਦੇ ਸਰਵੋਤਮਾਂ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ। ਪੰਜਾਬ ਦਾ ਨੈਲਸਨ ਮੰਡੇ ਦੇ ਰਾਹ ਦੇ ਰਾਜ ਦੇ ਵਿੱਚ ਕਿਸਾਨਾਂ ਨੇ ਵੱਧ ਵੱਧ ਖੁਦਕੁਸ਼ੀਆਂ ਕੀਤੀਆਂ, ਕਿਸਾਨਾਂ ਨੂੰ ਮੁਆਵਜ਼ੇ ਦੇਣ ਦੀ ਬਜਾਏ ਬੰਬੇ ਤੋਂ ਮਹਿੰਗੇ ਐਕਟਸ ਮੰਗਵਾ ਕੇ ਕਰੋੜਾਂ ਰੁਪਏ ਪਬਲਿਕ ਦੇ ਖਰਚ ਕੀਤੇ, ਅਤੇ ਇਸਦੇ ਪੁੱਤਰ ਨੇ ਲੋਕਾਂ 'ਤੇ ਗੋਲੀਆਂ ਚਲਾਈਆਂ। ਪੰਜਾਬ ਦੀ ਗਰੀਬ ਕਿਸਾਨੀ ਨੂੰ ਪਾਲਣ ਦੀ ਬਜਾਏ ਆਪਣੇ ਪਰਿਵਾਰ ਨੂੰ ਪਾਲਿਆ। ਇਸ ਨੂੰ ਨੈਲਸਨ ਮੰਡੇਲਾ ਇਸ ਲਈ ਕਿਹਾ ਜਾਂਦਾ ਕਿ ਪੜ੍ਹੇ ਲਿਖੇ ਲੋਕਾਂ ਨੂੰ ਬੱਸ ਪਰਮਿਟ ਦੇਣ ਦੀ ਬਜਾਏ ਉਹਨਾਂ ਨੂੰ ਨਸ਼ੇ 'ਚ ਧਕੇਲ ਦਿੱਤਾ ਅਤੇ ਆਪਣੀਆਂ 1000 ਬੱਸਾਂ ਪੰਜਾਬ 'ਚ ਚਲਾ ਲਈਆਂ ਜੀ। ਅਰਵਿੰਦ ਸਿੰਘ ਜੀ, ਮੈਂ ਤੁਹਾਡਾ ਮਤਲਬ ਹੈ ਵੀ ਜੋ ਇਹ ਕਦਮ ਇਹਨਾਂ ਨੇ ਚੁੱਕਿਆ ਉਹਦਾ ਕੋਈ ਫਰਕ ਨਹੀਂ ਪੈਣਾ, ਔਰ ਬੇਸਿਕਲੀ ਤੁਸੀਂ ਕਹਿੰਦੇ ਜੇ ਵੀ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਲੋੜ ਆ, ਇਹ ਤੁਸੀਂ ਕਹਿ ਰਹੇ ਜੇ ਰਾਈਟ? ਹਾਂਜੀ, ਇਹਨਾਂ ਨੇ ਜੋ ਇਹ ਆਪਣੀਆਂ ਇੰਪਾਇਰ ਬੱਸਾਂ ਦੀ ਫਲੀਟ ਖੜਾ ਕੀਤਾ, ਉਹੀ ਚੰਗਾ ਹੁੰਦਾ ਕਿ ਜਿਹੜੇ ਅਨਪੜ੍ਹ ਬੇਰੁਜ਼ਗਾਰ ਨੇ ਉਹਨਾਂ ਨੂੰ ਪਰਮਿਟ ਦਿੱਤੇ ਜਾਂਦੇ, ਉਹ ਬੱਸਾਂ ਇਹ ਚਲਾਉਂਦੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਜੀ, ਉਹਨੂੰ ਮੱਕੜ ਦੀ ਕਹਿੰਦੀ ਹੋਈ ਹੈ, ਜੇ ਮਕਾਰ ਕਿਹਾ ਜਾਵੇ ਨਾ ਉਹਦੇ ਲਈ ਬਹੁਤ ਸੋਹਣਾ ਲਫ਼ਜ਼ ਹੈ। ਅਲਬੇਲ ਸਿੰਘ ਜੀ, ਜਿਹੜਾ ਅੱਜ ਦਾ ਮਸਲਾ ਵਾ ਇਹਦੇ 'ਤੇ ਗੱਲ ਕਰਨੀ ਚਾਹੋਗੇ ਤੁਸੀਂ, ਜਿਹੜੀ ਇੱਥੇ ਪ੍ਰੋਗਰੈਸਿਵ ਇਨਵੈਸਟਮੈਂਟ ਸਮਿਟ ਹੋ ਰਹੀ ਆ, ਇਹਦਾ ਕੋਈ ਫਾਇਦਾ ਹੋਊ? ਬਿਲਕੁਲ ਨਹੀਂ ਜੀ, ਇਹਦਾ ਕੋਈ ਫਾਇਦਾ ਨਹੀਂ ਹੋਏਗਾ ਸੰਧੂ ਸਾਹਿਬ, ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਇੰਡਸਟਰੀ ਜਾਂ ਡਾਟਾ ਤੁਸੀਂ ਦੇਖੋ ਕੱਢ ਕੇ, ਸਾਰੀ ਇੰਡਸਟਰੀ ਬੰਦ ਹੋ ਰਹੀ ਹੈ, ਨਵੀਂ ਇੰਡਸਟਰੀ ਕਿੱਥੋਂ ਆ ਜਾਏਗੀ? ਔਰ ਇਹੋ ਜਿਹੇ ਮਾਹੌਲ ਦੇ ਵਿੱਚ ਜਿੱਥੇ ਜਿਹੜੇ ਵਪਾਰ ਕਰਨ ਵਾਲੇ ਨੇ, ਜੇ ਉਹ ਪ੍ਰੋਫਿਟੇਬਲ ਕੋਈ ਬਿਜ਼ਨਸ ਹੈ, ਉੱਥੇ ਸੁਖਬੀਰ ਬਾਦਲ ਜਾ ਕੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਅਤੇ ਉਹਦੇ 'ਚੋਂ ਹਿੱਸਾ ਲੈਣਾ ਚਾਹੁੰਦਾ, ਜੇ ਹਿੱਸਾ ਨਹੀਂ ਲੈਣਾ ਚਾਹੁੰਦਾ ਤਾਂ ਉਹ ਬਿਜ਼ਨਸ ਬੰਦ ਕਰ ਦਿੱਤਾ ਜਾਂਦਾ, ਤੁਹਾਨੂੰ ਜਿਵੇਂ ਪਤਾ ਜੀ ਜੀ ਕਿ ਹਵੇਲੀ। ਬਹੁਤ ਮਿਹਰਬਾਨੀ ਅਰਬੇਲ ਸਿੰਘ ਜੀ, ਕਿਉਂਕਿ ਲੰਬੀ ਗੱਲ ਹੋ ਰਹੀ ਹੈ, ਮੈਂ ਤੁਹਾਨੂੰ ਵਿੱਚ ਕੱਟ ਰਿਹਾ ਵਾਂ, ਮੇਰੇ ਖਿਆਲ ਤੁਹਾਡੇ ਜਿਹੜੇ ਵਿਚਾਰ ਨੇ ਉਹ ਬੜੇ ਸਪਸ਼ਟ ਆ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ, ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਕੀ ਪ੍ਰਸਤਾਵ ਰੱਖਣਾ ਚਾਹੁੰਦੇ, ਆਪਣੇ ਕੀ ਵਿਚਾਰ ਸਾਂਝੇ ਕਰਨੇ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਸੂਬੇਦਾਰ ਹਮੇਲ ਸਿੰਘ। ਹਾਂਜੀ ਹਾਂਜੀ ਸੂਬੇਦਾਰ ਜੀ, ਹਾਂਜੀ। ਜਿਹੜਾ ਤੁਸੀਂ ਅੱਜ ਦਾ ਵਿਸ਼ਾ ਲਿਆਂਦਾ ਨਾ, ਇਹਦੇ ਵਾਸਤੇ ਤਾਂ ਮੇਰੇ ਤੋਂ ਬਹੁਤ ਬਹੁਤ ਲਾਇਕ ਜਿਹੜੇ ਸਰੋਤੇ ਆ ਉਹ ਹੈਗੇ, ਉਹ ਤੁਹਾਨੂੰ ਆਪੇ ਜਵਾਬ ਦੇ ਦੇਣਗੇ ਜੀ। ਪਰ ਮੈਂ ਜਿੱਥੇ ਯੁਵਾ ਸਿੱਖੀ ਚਾਉਣ ਵਾਲੇ ਭਰਾਵਾਂ ਦਾ ਧੰਨਵਾਦ ਕਰਦਾ, ਉੱਥੇ ਨਾਲ ਦੀ ਨਾਲ ਕੁਛ ਇੱਕ ਸਾਵਧਾਨੀਆਂ ਦੇ ਬਾਰੇ ਗੱਲ ਕਰਨ ਦੀ ਚਾਹੁੰਦਾ ਜੀ, ਤਾਂ ਕਿ ਉਹਨਾਂ ਨੂੰ ਰਾਹ 'ਚ ਆਉਣ ਵਾਲੀ ਕੋਈ ਤਕਲੀਫ ਨਾ ਹੋਵੇ। ਰਾਈਟ, ਅਤੇ ਉਹ ਪਹਿਲੀ ਗੱਲ ਤਾਂ ਹੈਗੀ ਗੱਡੀ, ਜਿਸ ਗੱਡੀ 'ਚ ਉਹਨਾਂ ਨੇ ਸਫ਼ਰ ਕਰਨਾ ਜੀ, ਉਹਦੀ ਅੱਛੀ ਤਰ੍ਹਾਂ ਮੇਨਟੇਨੈਂਸ ਕਰਨ, ਉਹਦਾ ਗੈਸ ਪੂਰਾ ਰੱਖਣ, ਜਿਹੜੇ ਆਇਲ
ਗੈਸ, ਇੰਜਣ ਆਇਲ, ਬ੍ਰੇਕ ਆਇਲ, ਸਟੀਅਰਿੰਗ ਆਇਲ, ਟਰਾਂਸਮਿਸ਼ਨ ਆਇਲ, ਪਾਣੀ ਜਿਹੜਾ ਉਹਦੇ 'ਚ ਹੁੰਦਾ ਰੇਡੀਏਟਰ 'ਚ, ਉਹ ਪੂਰਾ ਕਰ ਲਓ ਪਹਿਲਾਂ ਘਰ ਤੁਰਨ ਤੋਂ ਪਹਿਲਾਂ ਜੀ। ਅਤੇ ਨੰਬਰ ਦੋ, ਲਾਈਟ ਜਿਹੜੀਆਂ ਲਾਈਟਾਂ ਆ ਉਹਨਾਂ ਨੂੰ ਚੈੱਕ ਕਰਨ, ਫਿਰ ਸਿਗਨਲ ਜਿਹੜੇ ਲਾਈਟਾਂ ਨਾਲ ਕੰਮ ਕਰਦੇ ਉਹ ਦੇਖਣਾ ਪ੍ਰੋਪਰ ਕੰਮ ਕਰਦੇ ਆ। ਫਿਰ ਹੈਗਾ ਟਾਇਰ ਪ੍ਰੈਸ਼ਰ, ਚਾਰੇ ਟਾਇਰਾਂ ਦਾ ਪ੍ਰੈਸ਼ਰ ਚੈੱਕ ਕਰਨ। ਅਸੀਂ ਆਮ ਕਰਕੇ ਕੀ ਕਰਦੇ ਹਾਂ, ਟਾਇਰਾਂ ਦੇ ਜਿਹੜੇ ਉਹ ਤਾਂ ਅਸੀਂ ਹਵਾ ਘੱਟ ਵੱਧ ਕਰ ਲੈਂਦੇ, ਪੂਰੀ ਗੱਲ ਨਹੀਂ, ਪਰ ਜਿਹੜੀ ਵਿੱਚ ਲੋਡ ਪੈਣ 'ਤੇ ਸਟਿਪਣੀ ਕੰਮ ਆਉਂਦੀ ਆ ਉਹਨੂੰ ਅਸੀਂ ਦੇਖਦੇ ਹੀ ਨਹੀਂ ਹੈਗੇ। ਯੂਬਾ ਸਿਟੀ ਜਿਹੜਾ ਕੱਟ ਹੋ ਰਿਹਾ ਉਹਦੇ ਵਾਸਤੇ ਹਿਦਾਇਤਾਂ ਦੇ ਰਹੇ ਤੁਸੀਂ? ਹਾਂਜੀ ਹਾਂਜੀ, ਆਉਣ ਵਾਲਿਆਂ ਵਾਸਤੇ, ਜਿਹੜੇ ਰਾਹ ਦੇ ਵਿੱਚ ਆ ਰਹੇ ਬੰਦੇ ਉਹਨਾਂ ਵਾਸਤੇ ਕਹਿ ਰਿਹਾ ਮੈਂ। ਓਕੇ ਓਕੇ, ਉਹ ਤਾਂ 31 ਤਰੀਕ ਨੂੰ ਕੱਟ, ਕਿੱਦਣ ਹੈਗਾ? 31 ਨੂੰ ਨਹੀਂ ਗਾ, 31 ਤਰੀਕ ਨੂੰ ਮਿਡਲ ਡੇ ਆ, ਉੱਦਣ ਹੁਣੇ ਆ ਫਲੈਗ ਦੀ ਔਰਗਨਾਈਜੇਸ਼ਨ, ਅਤੇ 1 ਤਰੀਕ ਨੂੰ ਆ ਜੀ। 1 ਤਰੀਕ ਹਮੇਸ਼ਾ ਹੀ 21 ਤਰੀਕ ਆ, ਜਿਹੜਾ ਨਵੰਬਰ ਦਾ ਪਹਿਲਾ ਐਤਵਾਰ ਹੈ ਨਾ, ਉਹ ਗੁਰਤਾ ਗੱਦੀ ਦਾ ਦਿਨ ਮੰਨਿਆ ਜਾਂਦਾ ਹੈ। ਓਕੇ ਓਕੇ, ਅਤੇ ਬਾਕੀ ਸਰਦਾਰ ਜੀ, ਕਿਉਂਕਿ ਆਪਾਂ ਇਹਦੀ ਗੱਲ ਕਰ ਰਹੇ ਹਾਂ, ਕੋਈ 2 ਦਿਨ ਪਹਿਲਾਂ 3 ਦਿਨ ਪਹਿਲਾਂ ਜਿਹੜਾ ਯੂਬਾ ਸਿਟੀ ਦੇ ਗੁਰਦੁਆਰੇ ਦੇ ਵਿੱਚ ਕੋਈ ਹੋਰ ਵਾਕਿਆ ਵੀ ਹੋਇਆ ਸੀ ਜਿੱਥੇ ਪੁਲਿਸ ਵੀ ਬੁਲਾਉਣੀ ਪਈ ਹੈ, ਕੋਈ ਇਹੋ ਜਿਹੀ ਗੱਲ ਵੀ ਹੋਈ ਹੈ? ਜ਼ਰੂਰ ਹੋਈ ਹੈ ਜੀ, ਮੈਂ ਕਿਉਂ ਝੂਠ ਬੋਲਾਂ, ਜ਼ਰੂਰ ਹੋਈ ਹੈ। ਉੱਥੇ ਇਹਨਾਂ ਦਾ ਬੋਲ ਬਰਾਲਾ ਹੋਇਆ, ਪੁਲਿਸ ਆਈ ਔਰ ਸਣੇ ਜੁੱਤੀਆਂ ਅੰਦਰ ਗਈ। ਨਹੀਂ, ਪੁਲਿਸ ਤੇ ਆਪਣੀ ਡਿਊਟੀ ਆਪਣੇ ਤਰੀਕੇ ਨਾਲ ਹੀ ਕਰੂਗੀ ਜੀ, ਤੁਹਾਨੂੰ ਪਤਾ ਹੀ ਆ। ਦੇਖੋ ਜੀ, ਹੁਣ ਅੰਦਰ ਬੰਦੇ ਇੱਕ ਦੂਜੇ ਨਾਲ ਲੜਦੇ ਹੋਣ, ਝਗੜਦੇ ਹੋਣ, ਇੱਕ ਦੂਜੇ ਨੂੰ ਮਾਰਦੇ ਹੋਣ, ਤਾਂ ਪੁਲਿਸ ਨੇ ਜੁੱਤੀਆਂ ਲਾਉਣ 'ਚ ਟਾਈਮ ਥੋੜ੍ਹਾ ਵੇਸਟ ਕਰਨਾ, ਉਹਨਾਂ ਨੇ ਤਾਂ ਪਹਿਲਾਂ ਅੰਦਰ ਆਉਣਾ ਹੀ ਆਉਣਾ ਹੈ ਜੀ। ਇਹ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਅਤੇ ਇਹ ਕਿਉਂ, ਇੱਕ ਮੈਨੂੰ ਯਾਦ ਹੈ 2012 'ਚ ਵੀ ਇਹੋ ਜਿਹਾ ਵਾਕਿਆ ਹੋਇਆ ਸੀਗਾ, ਇਹ ਕਿਉਂ ਇਸ ਤਰ੍ਹਾਂ ਦੁਬਾਰਾ ਦੁਬਾਰਾ ਹੁੰਦੇ ਆ ਵਾਕਿਆ? ਇਹ ਜਿਹੜੇ ਸਾਡੇ ਲੋਕ ਆ ਨੇ, ਇਹਨਾਂ 'ਚ ਹੋਮੇ ਜ਼ਿਆਦਾ ਆ ਅਤੇ ਭਗਤੀ ਘੱਟਦਾ ਆ ਜੀ। ਇਹਨਾਂ ਦੀ ਜਿਹੜੀ ਹੋਮੇ ਆ ਨਾ, ਉਹ ਨਹੀਂ ਇਹਨਾਂ ਦੀ ਪਹਿਚਾਣ ਦੀ। ਹਰ ਇੱਕ ਵੀ ਚੌਂਕੀਦਾਰ ਤਾਂ ਬਣਨਾ ਨਹੀਂ ਚਾਹੁੰਦਾ, ਹਰੇਕ ਹੀ ਲੰਬੜਦਾਰ ਹੀ ਬਣਨਾ ਚਾਹੁੰਦਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੁਬੇਦਾਰ ਜੀ, ਅੱਜ ਵੇਲੇ ਮਸਲੇ ਤੇ ਗੱਲ ਕਰਨੀ ਚਾਹੋਗੇ ਵੀ ਇਹ ਜਿਹੜਾ ਇਨਵੈਸਟਮੈਂਟ ਸਬਮਿਟ ਹੋ ਰਹੀ ਆ, ਨਿਵੇਸ਼ ਵਾਸਤੇ ਜਿਹੜਾ ਫੰਕਸ਼ਨ ਕੀਤਾ ਜਾ ਰਿਹਾ ਵਾ, ਕੱਲ ਸ਼ੁਰੂ ਹੋਇਆ ਸੀ ਤੇ ਅੱਜ ਵੀ ਹੈ ਫੰਕਸ਼ਨ ਇੱਥੇ ਚੰਡੀਗੜ੍ਹ ਮੋਹਾਲੀ ਦੇ ਵਿੱਚ, ਇਹ ਇਹਦਾ ਕੋਈ ਫਾਇਦਾ ਹੈ? ਦੇਖੋ ਜੀ, ਮੇਰੀ ਮਿਹਰਬਾਨੀ ਕਰਕੇ ਨਾ ਮੇਰੀ ਗੱਲ ਪੂਰੀ ਹੋਣ ਦਿਓ। ਮੈਂ ਤਾਂ ਪਹਿਲਾਂ ਕਿਹਾ ਕਿ ਮੇਰੇ ਤੋਂ ਬਹੁਤ ਸਾਰੇ ਸਿਆਣੇ ਬੰਦੇ ਜਿਹੜੇ ਆ ਉਹ ਤੁਹਾਨੂੰ ਇਹਦਾ ਜਵਾਬ ਦੇਣਗੇ, ਅਤੇ ਆਪਾਂ ਸਟਿਪਨੀ ਨਹੀਂ ਦੇਖਭਾਲ ਕਰਦੇ, ਜਦੋਂ ਲੋੜ ਪੈਂਦੀ ਤਾਂ ਉਹ 'ਚ ਹਵਾ ਹੀ ਨਹੀਂ ਹੁੰਦੀ। ਅਤੇ ਉਹ ਤੋਂ ਬਾਅਦ ਦੇ ਵਿੱਚ ਹੈਗਾ ਜੀ ਨੈਵੀਗੇਟਰ, ਅਗਰ ਤੁਹਾਡੇ ਕੋਲ ਨੈਵੀਗੇਟਰ ਦਾ ਸਿਸਟਮ ਗੱਡੀ ਦੇ ਵਿੱਚ ਲੱਗਾ ਆ ਜਾਂ ਤੁਹਾਡੇ ਕੋਲ ਲੱਗਦਾ ਤਾਂ ਉਹਦਾ ਇਸਤੇਮਾਲ ਕਰੋ। ਅਤੇ ਵਿੰਡਸ਼ੀਲਡ ਜਿਹੜੇ ਸ਼ੀਸ਼ੇ ਆ ਉਹਨਾਂ ਨੂੰ ਬਿਲਕੁਲ ਨੀਟ ਕਲੀਨ ਰੱਖੋ, ਤਾਂ ਕਿ ਤੁਹਾਨੂੰ ਸਾਰਾ ਆਲਾ ਦੁਆਲਾ ਜਿਹੜਾ ਸਾਫ਼ ਨਜ਼ਰ ਆਵੇ। ਅਤੇ ਆਪਣੇ ਟੈਲੀਫੋਨ ਦੀ ਬੈਟਰੀ ਕੰਪਲੀਟ ਕਰੋ। ਉਹਦੇ ਬਾਅਦ ਦੇ ਵਿੱਚ ਜਿਹੜੇ ਨਵੇਂ ਡਰਾਈਵਰ ਜਿਹਨਾਂ ਨੂੰ ਨਵਾਂ ਲਾਇਸੈਂਸ ਮਿਲਿਆ ਜੇ ਥੋੜ੍ਹਾ ਚਿਰ ਹੋਇਆ, ਉਹ ਬਿਹਤਰ ਰਹੂਗਾ ਕਿ ਉਹ ਡਰਾਈਵਰੀ ਨਾ ਕਰਨ, ਕਿਸੇ ਪੁਰਾਣੇ ਡਰਾਈਵਰ ਨੂੰ ਜਿਹੜਾ ਉਸ ਰਸਤੇ ਦਾ ਵਾਕਫ ਹੋਵੇ ਉਹ ਡਰਾਈਵ ਕਰੇ। ਅਤੇ ਅਗਲੀ ਗੱਲ ਹੁੰਦੀ ਹੈ ਜੀ, ਜਿਹੜੀ ਲਾਈਨ ਪੂਲ ਲੇਨ ਬਣੀ ਹੁੰਦੀ, ਅਗਰ ਤੁਸੀਂ ਇੱਕ ਤੋਂ ਜ਼ਿਆਦਾ ਸਵਾਰੀਆਂ ਤਾਂ ਉਸ ਲਾਈਨ ਦਾ ਇਸਤੇਮਾਲ ਕਰੋ, ਸੌਖੇ ਰਹੋਗੇ। ਬਾਕੀ ਰੇਸ ਐਂਡ ਚੇਸ ਇਹ ਬਿਲਕੁਲ ਨਾ ਕਰੋ, ਕਿਉਂਕਿ ਮਿਹਰਬਾਨੀ ਸੁਬੇਦਾਰ ਸਾਹਿਬ, ਇਹ ਮੇਰੇ ਖਿਆਲ ਤੁਸੀਂ ਹਦਾਇਤਾਂ ਇਸ ਸ਼ੋਅ ਦੇ ਵਿੱਚ ਨਾ ਦਿਓ, ਇਹ ਤੁਸੀਂ ਕੋਈ ਹੋਰ ਜ਼ਰੀਆ ਚੁਣੋ ਇਹ ਹਦਾਇਤਾਂ ਦੇਣ ਦਾ, ਕਿਉਂਕਿ ਇਹ ਸ਼ੋਅ ਜਿਹੜਾ ਵਾ ਇਸ ਵੇਲੇ ਸਾਰੇ ਪਾਸੇ ਹੀ ਜਾ ਰਿਹਾ ਵਾ, ਔਰ ਉੱਥੋਂ ਦੇ ਲੋਕ ਸ਼ਾਇਦ ਉੱਥੇ ਇਸ ਫੰਕਸ਼ਨ ਦੇ ਵਿੱਚ ਨਹੀਂ ਪਹੁੰਚ ਸਕਦੇ, ਇਹ ਜਿਹੜੇ ਲੋਕਲ ਬੰਦੇ ਆ ਤੁਹਾਡੇ ਉਸ ਇਲਾਕੇ ਦੇ, ਉਹਨਾਂ ਹੀ ਉਸ ਫੰਕਸ਼ਨ 'ਚ ਜ਼ਿਆਦਾ ਆਉਣਾ ਵਾ, ਸੋ ਉਹਦੇ ਵਾਸਤੇ ਕੋਈ ਉੱਥੋਂ ਦਾ ਲੋਕਲ ਜ਼ਰੀਆ ਪਲੀਜ਼ ਚੁਣ ਲਓ। ਬਹੁਤ ਬਹੁਤ ਮਿਹਰਬਾਨੀ ਸੁਬੇਦਾਰ ਸਾਹਿਬ, ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਵਿਚਾਰ ਰੱਖਣੇ ਚਾਹੁੰਦੇ। ਹੈਲੋ, ਹੈਲੋ ਜੀ। ਹਾਂਜੀ ਹਾਂਜੀ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੈਂ ਧਰਮ ਸਿੰਘ ਬੋਲਦਾ ਮੈਰੀਲੈਂਡ ਤੋਂ। ਹਾਂਜੀ ਹਾਂਜੀ ਧਰਮ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਦੇਖੋ,
ਪਿਛਲੇ ਸਾਲ ਵੀ ਜਿਹੜੇ ਵਿਦੇਸ਼ੀ ਨਿਵੇਸ਼ਕਾਰੀ ਸੀ ਜੀ, ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਹੋਰਾਂ ਨੇ ਨਿਯੋਤਾ ਦਿੱਤਾ ਸੀ ਕਿ ਆਓ ਤੇ ਗੱਲਬਾਤ ਕਰੋ, ਜਿਹਦੇ ਵਿੱਚ ਬੰਬੇ ਤੋਂ ਵੀ ਕਾਫੀ ਤਗੜੇ ਇਨਵੈਸਟਰ ਆਏ ਸੀ ਜੀ। ਅੱਜ ਉਸ ਮੁੱਦੇ ਉੱਤੇ ਜੋ ਕੁਝ ਗੱਲਾਂ ਹੋਈਆਂ ਸੀ, ਅੱਜ ਉਹਦਾ ਕੋਈ ਰਿਜ਼ਲਟ ਸਾਨੂੰ ਦੇਖ ਰਿਹਾ ਵਾ, ਜਿਹੜਾ ਅੱਜ ਜਾਂ ਕੱਲ ਮੋਹਾਲੀ ਵਿੱਚ ਜਿਹੜੇ ਬਾਹਰੋਂ ਇਨਵੈਸਟਰ ਜਿਹੜੇ ਇਨਵਾਈਟ ਕੀਤੇ ਗਏ ਆ ਇੰਟਰਨੈਸ਼ਨਲ ਲੈਵਲ ਤੇ, ਇਹਨਾਂ ਦੀ ਆਊਟਪੁੱਟ ਕੀ ਹੋਏਗੀ? ਮੈਂ ਸ਼ਰੇਆਮ ਕਹਿਣ ਨੂੰ ਤਿਆਰ ਆ, ਜ਼ੀਰੋ ਹੋਏਗੀ, ਜ਼ੀਰੋ। ਅੱਛਾ, ਦੂਜੀ ਗੱਲ ਜੀ, ਮੈਂ ਮੈਨੂੰ ਮਾਫ ਕਰਨਾ, ਤੇ ਦੂਜੀ ਗੱਲ ਇਹ ਆ ਕਿ ਆ ਜਾ ਕੇ ਕੀ ਸੰਗਤ ਦਰਸ਼ਨ ਜਿਹੜੇ ਆ ਸੀ ਐਮ ਜਾਂ ਡਿਪਟੀ ਸੀ ਐਮ ਉਹ ਜਿਹੜੇ ਹਲਕੇ ਤੋਂ ਜਦੋਂ ਬਣ ਜਾਂਦਾ ਉਹ ਐਮ ਐਲ ਏ ਹੁੰਦਾ ਵਾ, ਲੇਕਿਨ ਜਦੋਂ ਉਹ ਅਹੁਦਾ ਅਖਤਿਆਰ ਕਰਦੇ ਆ ਖਜ਼ਾਨਾ ਮੰਤਰੀ, ਖੇਤੀ ਮੰਤਰੀ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਉਹ ਸਮੁੱਚੇ ਸੂਬੇ ਨੂੰ ਰੀਪ੍ਰਜੈਂਟ ਕਰਦੇ ਆ ਜੀ। ਏਅਰਪੋਰਟ ਬਠਿੰਡੇ ਵਿੱਚ, ਏਮਸ ਹੋਸਪਿਟਲ ਬਠਿੰਡੇ ਵਿੱਚ, ਬਿਜਲੀ ਘਰ ਬਠਿੰਡੇ ਵਿੱਚ, ਲੱਲਾ ਭੱਬਾ ਬਠਿੰਡੇ ਵਿੱਚ, ਬਠਿੰਡੇ ਤੋਂ ਬਾਹਰ ਇਹਨਾਂ ਨੂੰ ਕੋਈ ਚੀਜ਼ ਨਹੀਂ ਦਿਸਦੀ ਜੀ ਜੀ, ਬਿਲਕੁਲ ਨਹੀਂ ਕੋਈ ਦਿਸਦੀ। ਕੀ ਗੱਲ, ਨਜ਼ਰਾਂ ਇੰਨੀਆਂ ਨੀਵੀਆਂ ਕਿਉਂ ਹੋ ਗਈਆਂ ਨੇ? 80% ਹਿੰਦੁਸਤਾਨ ਦੀ ਇਕੋਨਮੀ ਖੇਤੀਬਾੜੀ ਤੇ ਨਿਰਭਰ ਕਰਦੀ ਆ। ਐਵਰੇਜ ਪੰਜਾਬ ਦੇ ਵਿੱਚ ਰੋਜ਼ਾਨਾ ਕਰੀਬ 300-350 ਕਿਸਾਨ ਜਾਂ 4 ਕਿਸਾਨ ਕਹਿ ਲਓ ਖੁਦਕੁਸ਼ੀਆਂ ਕਰ ਰਹੇ ਆ, ਇਹਨਾਂ ਨੂੰ ਕੋਈ ਉਹਨਾਂ ਦਾ ਪਰਵਾਹ ਨਹੀਂ ਜੀ। ਕੀ ਗੱਲ, ਕਿਸਾਨੀ, ਬੇਰੁਜ਼ਗਾਰੀ, ਨਸ਼ੇ, ਇਹ ਜਿਹੜੇ ਨੇ, ਕਾਸ਼ ਕੇ ਲੋਕੋ ਜਾਗੋ, ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਸਹੀ ਸੋਚ ਦੇ ਨਾਲ ਪਹਿਰਾ ਦਿਓ ਕਿ ਤੁਹਾਡੇ ਹੱਕ ਹਕੂਕ ਉਸ ਪੰਜਾਬ ਦੀ ਧਰਤੀ ਨਾਲ ਤੁਸੀਂ ਜੁੜੇ ਹੋ। ਕਦੀ ਤੁਸੀਂ ਹਿੰਦੁਸਤਾਨ ਦੇ ਅੰਨਦਾਤਾ ਸੀ, ਅੱਜ ਤੁਸੀਂ ਅੰਨਦਾਤਾ ਹੁੰਦੇ ਹੋਏ ਵੀ ਕਿਉਂ ਮਿੱਟੀ ਵਿੱਚ ਰੋਲ ਰਹੇ ਹੋ? ਬਹੁਤ ਮਿਹਰਬਾਨੀ। ਮਿਹਰਬਾਨੀ ਧਰਮ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ। ਤੁਹਾਡਾ ਮਤਲਬ ਹੈ ਵੀ ਇਸ ਪ੍ਰੋਗਰੈਸਿਵ ਸਮਿਟ ਦਾ ਕੋਈ ਫਾਇਦਾ ਨਹੀਂ, ਹਾਲਾਤ ਚੰਗੇ ਨਹੀਂ ਹੈ, ਪਰ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਆ ਕਿ ਰਾਜ ਵਿੱਚ ਇਸ ਵੇਲੇ ਬਿਜਲੀ ਵਾਧੂ ਆ, ਸਰਪਲਸ ਆ, ਇੱਥੇ ਕੋਈ ਹੜਤਾਲਾਂ ਜਾਂ ਲੋਕਆਊਟ ਨਹੀਂ ਹੋ ਰਹੇ। ਪੰਜਾਬ ਸਰਕਾਰ ਇਹ ਵੀ ਦਾਅਵਾ ਕਰ ਰਹੀ ਆ ਕਿ ਸਾਰੇ ਵੱਡੇ ਸ਼ਹਿਰ ਜਿਹੜੇ ਆ ਪੰਜਾਬ ਦੇ, ਉਹ 2016 ਤੱਕ ਹੋਰ 6 ਮਹੀਨਿਆਂ ਤੱਕ 4 ਜਾਂ 6 ਲੇਨਾਂ ਨਾਲ ਸੜਕਾਂ ਨਾਲ ਜੋੜੇ ਜਾਣਗੇ। ਮੋਹਾਲੀ ਦੇ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬਣ ਗਿਆ, ਉਹਦੇ ਨਾਲ ਜਿਹੜੀ ਕਨੈਕਟਿਵਿਟੀ ਆ ਉਹ ਅੱਗੇ ਨਾਲੋਂ ਬਹੁਤ ਵਧੀਆ ਹੋਜੂਗੀ। ਜੇ ਕਿਸੇ ਨੇ ਕਿਸਾਨੀ ਸੰਬੰਧਿਤ ਕੋਈ ਉਦਯੋਗ ਲਾਉਣਾ ਹੋਵੇ, ਐਗਰੀ ਇੰਡਸਟਰੀ ਲਾਉਣੀ ਹੋਵੇ, ਤਾਂ ਉਸ ਵਾਸਤੇ ਸਭ ਕੁਝ ਮੌਜੂਦ ਹੈ, ਕਿਉਂਕਿ ਪੰਜਾਬ ਮੁੱਖ ਤੌਰ 'ਤੇ ਖੇਤੀਬਾੜੀ ਵਾਸਤੇ ਹੀ ਜਾਣਿਆ ਜਾਂਦਾ। ਪਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਵਾਧੂ ਬਿਜਲੀ ਦੇ ਦਾਅਵੇ ਜਿਹੜੇ ਆ ਇਹ ਪਿਛਲੇ 4 ਸਾਲਾਂ ਤੋਂ ਹੋ ਰਹੇ ਆ, ਪਰ ਹਾਲੀ ਤੱਕ ਪਿਛਲੀਆਂ ਗਰਮੀਆਂ ਤੱਕ ਹਾਲਾਤ ਕੋਈ ਬਹੁਤੇ ਥੋੜ੍ਹਾ ਬਹੁਤ ਫਰਕ ਪਿਆ, ਕੋਈ ਬਹੁਤੇ ਬਿਹਤਰ ਨਜ਼ਰ ਨਹੀਂ ਆ ਰਹੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਦਾਅਵਾ ਕਿ ਇੱਥੇ ਹੜਤਾਲਾਂ ਨਹੀਂ ਹੋ ਰਹੀਆਂ ਇਹ ਬਿਲਕੁਲ ਸਹੀ ਹੈ। ਉਹ ਇਸ ਕਰਕੇ ਨਹੀਂ ਕਿ ਇੱਥੇ ਉਦਯੋਗ ਦੇ ਹਾਲਾਤ ਚੰਗੇ ਨੇ, ਪਰ ਉਹ ਇਸ ਕਰਕੇ ਆ ਕਿ ਇੱਥੇ ਬਹੁਤੀਆਂ ਯੂਨਿਟਸ ਬੰਦ ਹੀ ਪਈਆਂ, ਸੋ ਹੜਤਾਲਾਂ ਕਿੱਥੋਂ ਹੋਣੀਆਂ ਵਾ। ਇਸੇ ਤਰ੍ਹਾਂ ਜੇ ਕਿਸਾਨੀ ਕੰਗਾਲ ਹੋਣ ਦੇ ਕਗਾਰ 'ਤੇ ਆ, ਤਾਂ ਇੱਥੇ ਕਿਸਾਨੀ ਨਾਲ ਸੰਬੰਧਿਤ ਉਦਯੋਗ ਕਿਵੇਂ ਕਾਮਯਾਬ ਹੋ ਸਕਦਾ, ਇਹ ਵਿਰੋਧੀ ਧਿਰਾਂ ਦਾ ਕਹਿਣਾ ਵਾ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁਕਾਬਲੇ ਦੂਜੇ ਰਾਜਾਂ ਜਿਵੇਂ ਤਾਮਿਲਨਾਡੂ, ਮਹਾਰਾਸ਼ਟਰਾ, ਗੁਜਰਾਤ, ਕਰਨਾਟਕਾ ਵਗੈਰਾ ਵਗੈਰਾ ਦੇ ਵਿੱਚ ਉੱਥੇ ਉਦਯੋਗ ਵਾਸਤੇ ਹਾਲਾਤ ਬਹੁਤ ਬਿਹਤਰ ਨੇ। ਪੰਜਾਬ 'ਚ ਕਿਉਂਕਿ ਜ਼ਮੀਨ ਬਹੁਤ ਮਹਿੰਗੀ ਹੈ, ਇਸ ਨਾਲ ਇੱਥੇ ਹੋਰ ਉਦਯੋਗ ਆਉਣਾ ਜਿਹੜਾ ਵਾ ਕਾਫੀ
ਮੁਸ਼ਕਲ ਆ। ਉਹ ਕਹਿੰਦੇ ਨੇ ਕਿ ਇਨਵੈਸਟਮੈਂਟ ਬਿਊਰੋ ਬਹੁਤ ਵਧੀਆ ਸੰਸਥਾ ਬਣਾਈ ਆ, ਪਰ ਕਿਉਂਕਿ ਪੰਜਾਬ 'ਚ ਹਾਲਾਤ ਹੀ ਇਹੋ ਜਿਹੇ ਆ, ਬਹੁਤ ਬੇਚੈਨੀ ਦੇ ਹਾਲਾਤ ਆ ਇੱਥੇ, ਇੱਥੇ ਨਿਵੇਸ਼ ਹੋਰ ਕਰਨ ਤੋਂ ਜਿਹੜੇ ਇੰਡਸਟਰੀਲਿਸਟ ਆ ਉਹ ਗੁਰੇਜ਼ ਕਰ ਰਹੇ ਆ। ਸੋ ਇਹ ਇਸ ਵੇਲੇ ਸਿਚੁਏਸ਼ਨ ਆ, ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਵਿਚਾਰ ਰੱਖਣੇ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਸਿੰਘ ਬੋਲਦਾ ਕੈਲੀਫੋਰਨੀਆ ਟ੍ਰੇਸੀ ਤੋਂ ਜੀ। ਹਾਂਜੀ ਹਾਂਜੀ ਸੁਰਿੰਦਰ ਸਿੰਘ ਜੀ, ਸਵਾਗਤ ਹੈ। ਮਹਾਰਾਜ ਨਵੀਂ ਡਾਸਟੀ ਕੀ ਆਉਣੀ ਆ, ਪੁਰਾਣੀ ਬਟਾਲਾ ਕਿੱਥੇ ਗਿਆ, ਗਰਾਇਆ ਕਿੱਥੇ ਗਈਆਂ, ਸਾਡੇ ਲਾਗੇ ਬਹਿਰਾਮ ਹੁੰਦੇ, ਮਸ਼ੀਨਾਂ ਵੇਲਣੇ ਬਹੁਤ ਬਣਦੇ ਹੁੰਦੇ, ਛੋਟਾ ਜਿਹਾ ਸ਼ਹਿਰ, ਉਹ ਵੀ ਉਜਾੜ ਦਿੱਤੇ ਹੀ ਨਹੀਂ। ਇਹ ਤਾਂ ਇੱਕ ਲੋਕਾਂ ਦੀਆਂ ਜ਼ਮੀਨਾਂ ਖੋਹਣ ਦਾ ਵਸੀਲਾ ਵੀ ਖੋਹ ਕੇ ਇੰਡਸਟਰੀ ਨੇ, ਤਾਂ ਆਪਣੇ ਗੋਇੰਦਵਾਲ ਦੇਖੋ ਕਿੰਨਾ ਰੁਪਈਆ ਗੌਰਮੈਂਟ ਦਾ ਡੁੱਬਿਆ, ਮੈਂ ਖਰਬਾਂ ਰੁਪਈਆ ਨਹੀਂ ਉਹ ਦਿੱਤਾ ਸੀ, ਉੱਥੇ ਕੋਈ ਲੱਗੀ ਨਹੀਂ, ਉਹ ਪੁਰਾਣੀਆਂ ਮਸ਼ੀਨਾਂ ਰੱਖ ਕੇ ਜਿਹੜੀ ਉਹ 25% ਸਬਸਿਡੀ ਜੋ ਵੀ ਲੈ ਗਿਆ, ਲੋਨ ਵੀ ਲੈ ਗਿਆ ਬੈਂਕਾਂ ਦੇ, ਹੁਣ ਵੀ ਇੱਦਾਂ ਹੀ ਹੋਣੀ ਆ। ਇਹਨੀ ਸਿਰਫ ਆਪਣੇ ਸ਼ੇਅਰ ਵਿੱਚ ਰੱਖਣ ਦੀ ਖਾਤਰ, ਲੋਕਾਂ ਦੀਆਂ ਜ਼ਮੀਨਾਂ ਖੋਹਣ ਦੀ ਖਾਤਰ ਆਪਣੇ ਵਿੱਚ ਰੱਖ ਕੇ ਕੋਈ ਇਨਵੈਸਟਮੈਂਟ, ਦੱਸੋ ਮੈਨੂੰ ਅੱਗ ਦੇ ਵਿੱਚ ਕੋਈ ਛਾਲ ਮਾਰੂ ਸੰਧੂ ਸਾਹਿਬ, ਕੌਣ ਇੱਥੇ ਇਨਵੈਸਟਮੈਂਟ ਕਰ ਦੂਗਾ, ਕੋਈ ਮਾਹੌਲ ਹੈ ਇੱਥੇ ਇਨਵੈਸਟ ਕਰਨ ਦਾ? ਦੂਜਾ ਪੰਜਾਬ ਦੇ ਵਿੱਚ ਲੇਬਰ ਹੀ ਹੈ ਨਹੀਂ ਗੀ, ਕਿੱਥੋਂ ਇਹ ਲੇਬਰ ਲਿਆਊਗੇ? ਦੂਜਾ ਪੰਜਾਬ ਦੇ ਵਿੱਚ ਕੋਈ ਇੱਦਾਂ ਮਾਹੌਲ ਹੀ ਹੈ ਨਹੀਂ। ਸਾਡੇ ਇੱਥੇ ਅੱਜ ਤੋਂ 20 ਸਾਲ ਪਹਿਲਾਂ ਸਾਡੇ ਭਰਾ ਆ, ਉਹਨੇ ਗੰਨਾ ਮਿੱਲ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਫਲੋਰ ਲੱਗ ਗਏ, ਸਾਲ ਭਰ ਉਹ ਘੁੰਮਦੇ ਰਹੇ, ਜੁੱਤੀਆਂ ਤੜਾ ਕੇ ਮੁੜਿਆ ਹੈ ਉਹ, ਕਿਸੇ ਨੇ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੂੰ। ਮੈਨੂੰ 1 ਸਾਲ ਹੋ ਗਿਆ, ਮੈਂ ਜ਼ਮੀਨ ਦੀ ਮਿਹਨਤੀ ਕਰਾਉਣੀ ਸੀ, ਪਿਛਲੇ 27 ਅਕਤੂਬਰ 'ਚ ਮੈਂ ਦਰਖਾਸਤ ਦਿੱਤੀ ਸੀ ਆ ਕੇ, ਅੱਜ ਤਾਂ ਉਹ ਮੇਰੀ ਦਰਖਾਸਤ ਨਹੀਂ ਨਿਕਲੀ ਹੈ, ਝੂਠ ਬੋਲੀ ਜਾਂਦੇ ਆ, ਕੁਛ ਨਹੀਂ ਹੈ ਉੱਥੇ, ਬਿਲਕੁਲ ਜੰਗਲ ਦਾ ਰਾਜ ਆ। ਮਿਹਰਬਾਨੀ ਮਿਹਰਬਾਨੀ ਸੁਰਿੰਦਰ ਸਿੰਘ ਜੀ, ਮਿਹਰਬਾਨੀ। ਦੇਖਦੇ ਆ ਸਾਡੇ ਅਗਲੇ ਸੱਜਣ ਕੀ ਵਿਚਾਰ ਆਪਣੇ ਰੱਖਣੇ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸੁਖਬੀਰ ਇਕਬਾਲ ਬੋਲ ਰਿਹਾ। ਹਾਂਜੀ ਹਾਂਜੀ ਸੁਖਬੀਰ ਜੀ, ਅੱਜ ਦੇ ਮੁੱਦੇ ਤੇ ਜਿੱਦਾਂ ਇੱਥੇ ਹੋਇਆ ਬੁੱਧਵਾਰ ਨੂੰ ਅਸੀਂ ਸੁਣਿਆ ਹੈਗਾ ਆ, ਹਾਂਜੀ, ਸਭ ਤੋਂ ਜ਼ਿਆਦਾ ਇਨਵੈਸਟਮੈਂਟ ਪ੍ਰੋਮਿਸ ਕੀਤੀ ਹੈਗੀ ਆ DLF, ਜਿਹਦਾ ਮਾਲਕ ਹੈਗਾ ਆ ਕੇਪੀ ਸਿੰਘ ਜੀ, ਆਪਣਾ ਸਰਦਾਰ ਨਹੀਂ ਹੈਗਾ ਪਰ ਜਾਟ ਹੈਗਾ ਯੂਪੀ ਦਾ, ਬੁਲੰਦ ਸ਼ਹਿਰ ਤੋਂ ਜੀ, ਤੇ ਇਹਨਾਂ ਦੀ DLF ਕੰਪਨੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੈਗੇ ਆ ਜੀ, ਤੇ ਸਭ ਤੋਂ ਜ਼ਿਆਦਾ ਇਹਨੂੰ ਪ੍ਰੋਮਿਸ ਕੀਤਾ ਹੈਗਾ 5,000 ਕਰੋੜ ਜੀ, ਇਹਨਾਂ ਨੂੰ ਜ਼ਰੂਰ ਫਾਇਦਾ ਹੋਏਗਾ ਔਰ ਬਹੁਤ ਫਾਇਦਾ ਹੋਏਗਾ ਜੀ। ਇੱਥੇ ਤੱਕ ਫਾਇਦਾ ਹੋਏਗਾ ਇਹਨਾਂ ਨੂੰ ਕਿ ਥੋੜ੍ਹੇ ਸਾਲ ਪਹਿਲਾਂ ਇਹ ਜਿਹੜਾ ਹੈਗੇ ਇਸ ਇੰਡਸਟਰੀ ਦੇ ਵਿੱਚ, ਇਹ ਜਿਹਨੂੰ ਰਿਐਲਿਟੀ ਕਹਿੰਦੇ ਆ ਜਾਂ ਪ੍ਰੋਪਰਟੀਜ਼ ਕਹਿੰਦੇ ਆ ਜੀ, ਤੇ ਇੰਡੀਆ ਦੇ ਟਰੰਪ ਮੰਨੇ ਜਾਂਦੇ ਸੀਗੇ, ਸਭ ਤੋਂ ਉੱਪਰ ਇਹਨਾਂ ਦਾ ਨਾਂ ਸੀਗਾ, ਪਰ 2 ਸਾਲ ਪਹਿਲਾਂ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਪੌਕਟਾਂ ਭਰ ਦਿੱਤੀਆਂ ਵਡੇਰਾ ਦੀਆਂ, ਅਤੇ ਉਹਦੇ ਨਾਲ ਹੈਗਾ ਕਿ ਨਾਲ ਹੋ ਰਿਹਾ ਕਿ ਗੌਰਮੈਂਟ ਚੇਂਜ ਹੋ ਗਈ, ਅਤੇ ਜਿਹੜਾ ਹੈਗਾ ਕਿ ਇਹਨਾਂ ਦੇ ਮੁਕਾਬਲੇ ਵਿੱਚ ਲੋਟਾ ਕੰਪਨੀ ਜਿਹੜੀ ਹੈਗੀ ਆ ਉਹ ਇਹਨਾਂ ਤੋਂ ਉੱਪਰ ਚੜ੍ਹ ਗਿਆ, ਅਤੇ ਪਿਛਲੇ ਸਾਲ ਜਿਹੜਾ ਹੈਗਾ ਆ ਇਹ ਕਾਫੀ ਡਾਊਨ ਹੋ ਕੇ 2 ਨੰਬਰ 'ਤੇ ਆ ਗਿਆ ਜੀ ਅਮੀਰੀ ਦੇ ਵਿੱਚ। ਇਹਨਾਂ ਨੂੰ ਫਾਇਦਾ ਇੰਨਾ ਹੋਣਾ ਕਿ ਇਹਨਾਂ ਦਾ ਪਿਛਲੇ 2 ਸਾਲਾਂ ਦਾ ਜੇ ਹਿਸਾਬ ਲਾਇਆ ਜਾਏ 213 ਤੋਂ 215 ਤੱਕ ਜੀ, ਤਾਂ ਇਹਨਾਂ ਦੀ ਕੰਪਨੀ ਦੀ ਜਿਹੜੀ ਵਰਥ ਹੈਗੀ ਆ 18% ਜਿਹੜੀ ਇਨਕਰੀਜ਼ ਹੋਈ ਸੀ। 5,000 ਜੇ ਹੋਣੇ ਨੀ ਪੰਜਾਬ 'ਚ ਇਨਵੈਸਟ ਕਰਨਾ, ਕਿਉਂਕਿ ਇੱਥੇ ਹੁਣ ਸਹੂਲਤਾਂ ਇਸ ਸਮਾਗਮ ਵਿੱਚ ਬਹੁਤ ਜ਼ਿਆਦਾ ਦਿੱਤੀਆਂ ਜਾ ਰਹੀਆਂ, ਅਤੇ ਇਹਦੇ ਵਿੱਚ ਇਹਨਾਂ ਨੂੰ ਪ੍ਰੋਫਿਟ ਹੋਰ ਵੀ ਜ਼ਿਆਦਾ ਹੋਣਾ, ਘੱਟੋ ਘੱਟ 20-25% ਪ੍ਰੋਫਿਟ ਹੋਣਾ, ਜਿਹਦਾ ਮਤਲਬ ਹੈ ਕਿ ਹਰ ਸਾਲ ਇਹਨਾਂ ਨੂੰ ਹਜ਼ਾਰ ਕਰੋੜ ਰੁਪਏ ਪ੍ਰੋਫਿਟ ਹੋਣਾ ਹੈ, ਅਤੇ ਇਹਨੇ ਫਿਰ ਉਮੀਦ ਆ ਕਿ ਥੋੜ੍ਹੇ ਸਾਲਾਂ ਵਿੱਚ ਫਿਰ ਲੋਧਾ ਤੋਂ ਅੱਗੇ ਵੱਧ ਜਾਣੇ। ਅਤੇ ਦੂਜਾ ਹੈਗਾ ਕਿ ਪਰ ਆਪਣੇ ਪੰਜਾਬ ਦਾ ਫਾਇਦਾ ਹੋਣਾ ਕਿ ਨਹੀਂ, ਉਹਦਾ ਹੈਗਾ ਕਿ ਇਹਨੇ ਜਿੰਨਾ ਹੈਗਾ ਕਿ
5000 crore ਦੇ ਨਾਲ 5000 acre ਤੇ ਜ਼ਰੂਰ ਲੈ ਲੈਣਾ ਜੀ, ਜਿਹੜਾ ਹੈਗਾ ਕਿ ਜ਼ਿਮੀਦਾਰਾਂ ਦੇ ਕੋਲ ਚਲੇ ਜਾਣਾ, ਪਰ ਉਹ ਜ਼ਿਮੀਦਾਰਾਂ ਨੇ ਉਹਨੂੰ ਕਿੱਦਾਂ ਖਰਚ ਕਰਨਾ ਜਾਂ ਉਜਾੜਨਾ ਉਹਨਾਂ ਮੁੰਡਿਆਂ ਨੇ, ਉਹ ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ ਹੈਗਾ। ਮਿਹਰਬਾਨੀ 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 ਸੁਖਬੀਰ ਅਤਵਾਲ ਜੀ, ਵੱਖਰੇ ਵੱਖਰੇ ਵਿਚਾਰ ਸਾਨੂੰ ਇਸ ਵੇਲੇ ਆ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਇਨਵੈਸਟਮੈਂਟ ਸਬਮਿਟ ਹੋ ਰਹੀ ਆ ਇਹਦੇ ਫਾਇਦੇ ਹੋਣੇ ਆ ਕਿ ਨਹੀਂ ਹੋਣੇ, ਬਹੁਤੇ ਲੋਕਾਂ ਦਾ ਇਹੋ ਹੀ ਖਿਆਲ ਹੈ ਕਿ ਕੋਈ ਬਹੁਤਾ ਫਾਇਦਾ ਨਹੀਂ, ਲੇਕਿਨ ਪੰਜਾਬ ਗਵਰਨਮੈਂਟ ਬਹੁਤ ਕੁਝ ਅਨਾਊਂਸ ਕਰ ਰਹੀ ਆ, ਸੋ ਇਸ ਕਰਕੇ ਕੁਝ ਨਾ ਕੁਝ ਚੀਜ਼ਾਂ ਦਾ ਇਹਨਾਂ ਦਾ ਇਹੋ ਜਿਹੀ ਸਬਮਿਟ ਦਾ ਜ਼ਰੂਰ ਫਾਇਦਾ ਹੋਊਗਾ, ਲੇਕਿਨ ਹਾਲਾਤ ਕਾਫੀ ਬੇਚੈਨੀ ਦੇ ਬਣੇ ਆ, ਸੋ ਉਹਦੇ ਕਰਕੇ ਮੈਂ ਜਿਵੇਂ ਅੱਗੇ ਕਿਹਾ ਕਿ ਇੰਡਸਟਰੀ ਇੱਥੇ ਆਉਣ ਤੋਂ ਕਾਫੀ ਇੰਡਸਟਰੀ ਗੁਰੇਜ਼ ਕਰ ਰਹੀ ਆ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਹ ਮਸਲਾ ਕਿ ਇਸ ਇਨਵੈਸਟਮੈਂਟ ਸਬਮਿਟ ਦਾ ਪੰਜਾਬ ਨੂੰ ਫਾਇਦਾ ਹੋਊਗਾ ਕਿ ਨਹੀਂ ਹੋਊਗਾ, ਇਹ ਅਸੀਂ ਇਸੇ ਤਰ੍ਹਾਂ ਹੀ ਵਿਚਾਰ ਕਰਦੇ ਰਹਾਂਗੇ, ਤੁਹਾਡੇ ਵਿਚਾਰ ਜਿਹੜੇ ਆ ਉਹ ਵੀ ਸਾਂਝੇ ਕਰਦੇ ਰਹਾਂਗੇ, ਇਹ ਸਭ ਕੁਝ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਹੋ ਰਹੀ ਇਨਵੈਸਟਮੈਂਟ ਸਬਮਿਟ ਦੀ। ਦਿਲਚਸਪ ਗੱਲ ਇਹ ਹੈ ਕਿ ਇੱਕ ਪਾਸੇ ਪੰਜਾਬ ਇਨਵੈਸਟਮੈਂਟ ਦੀ ਗੱਲ ਕਰ ਰਿਹਾ ਵਾ ਔਰ ਕਹਿ ਰਿਹਾ ਵਾ ਕਿ ਇੱਥੇ ਹੋਰ ਨਿਵੇਸ਼ ਲਿਆਉਣ ਦੀ ਲੋੜ ਆ, ਅਤੇ ਦੂਜੇ ਪਾਸੇ ਅਖਬਾਰਾਂ 'ਚ ਖਬਰਾਂ ਛਪ ਰਹੀਆਂ ਨੇ ਕਿ ਪੰਜਾਬ ਦੇ ਅਸ਼ਾਂਤੀ ਦੇ ਮਾਹੌਲ ਨੂੰ ਵੇਖ ਕੇ ਬਹੁਤ ਸਾਰੀਆਂ ਜਿਹੜੀਆਂ ਅੰਤਰਰਾਸ਼ਟਰੀ ਕੰਪਨੀਆਂ ਵਾ ਉਹਨਾਂ ਨੇ ਆਪਣਾ ਕੰਮ ਜਿਹੜਾ ਵਾ ਰਾਜ 'ਚ ਰੋਕ ਦਿੱਤਾ ਵਾ। amazon.com ਜਿਹੜੀ ਗਾਹਕਾਂ ਦੇ ਆਰਡਰ ਔਨਲਾਈਨ ਲੈ ਕੇ ਉਹਨਾਂ ਨੂੰ ਕੋਰੀਅਰ ਦੇ ਜ਼ਰੀਏ ਜਿਹੜੀਆਂ ਚੀਜ਼ਾਂ ਵਾ ਸਮਾਨ ਮੁਹੱਈਆ ਕਰਾਉਂਦੀ ਆ ਪਹੁੰਚਾਉਂਦੀ ਆ, ਉਹਨਾਂ ਨੇ ਜਿੰਨੇ ਪੰਜਾਬ ਵਾਲੇ ਪਿੰਨ ਕੋਡ ਦੇ ਸਾਰੇ ਜਿਹੜੇ ਆ ਐਡਰੈਸ ਆ ਉੱਥੇ ਉਹਨਾਂ ਤੋਂ ਆਰਡਰ ਲੈਣੇ ਜਿਹੜੇ ਆ ਉਹ ਬੰਦ ਕਰ ਦਿੱਤੇ ਆ। ਹੁਣ ਤੱਕ ਪੰਜਾਬ amazon.com ਦੀ ਇੱਕ ਵੱਡੀ ਮਾਰਕੀਟ ਸਮਝੀ ਜਾਂਦੀ ਸੀ। ਇਸ ਮਸਲੇ 'ਤੇ ਦੇਖਦੇ ਹਾਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਦੇ ਕੀ ਵਿਚਾਰ ਆ, ਕੁਝ ਦਰਸ਼ਕ ਜਿਹੜੇ ਬੜੀ ਦੇਰ ਤੋਂ ਹੋਲਡ ਕਰ ਰਹੇ, ਮੈਂ ਉਹਨਾਂ ਤੋਂ ਪਹਿਲਾਂ ਮਾਫੀ ਚਾਹੁੰਦਾ ਹਾਂ, ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ, ਤੁਹਾਨੂੰ ਤੇ ਸਾਰੇ ਗਲੋਬਲ ਟੀਵੀ ਚੈਨਲ ਹੈਲੋ ਗਲੋਬਲ ਪੰਜਾਬ ਵੇਖਣ ਵਾਲੇ ਸਾਰੇ ਭੈਣਾਂ ਦੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲ ਸਾਹਿਬ, ਸਤਿ ਸ਼੍ਰੀ ਅਕਾਲ, ਦੱਸੋ ਕੀ ਵਿਚਾਰ ਤੁਹਾਡੇ ਇਸ ਮਸਲੇ 'ਤੇ। amazon ਦੀ ਗੱਲ ਕੀਤੀ ਜੀ, ਕੈਲੀਫੋਰਨੀਆ ਦੇ ਫ੍ਰੀ ਮਾਊਂਟ ਏਰੀਆ ਸਭ ਤੋਂ ਵੱਡਾ ਦਫ਼ਤਰ ਉਹਨਾਂ ਦਾ ਮੇਰੇ ਘਰ ਦੇ ਨਾਲ ਹੀ ਆ ਜੀ। ਓਕੇ ਓਕੇ, ਇੱਕ ਮੀਲ 'ਤੇ। ਸੋ ਤੁਹਾਨੂੰ ਤੇ ਸਿੱਧੇ ਹੀ ਜਾ ਕੇ ਤੁਸੀਂ ਲੈ ਲੈਂਦੇ ਹੋਣੇ ਚੀਜ਼, ਉੱਥੇ ਤੁਹਾਨੂੰ ਤੇ ਚੀਜ਼ ਮੰਗਵਾਉਣ ਦੀ ਲੋੜ ਨਹੀਂ। ਤੇ ਸਾਰੀਆਂ ਆਨਲਾਈਨ ਹੀ ਮੰਗਾਉਣੀਆਂ ਪੈਂਦੀਆਂ, ਇੱਥੇ ਵੀ ਭਾਵੇਂ ਤੁਸੀਂ ਛੋਟੀ ਤੋਂ ਛੋਟੀ ਵੀ ਚੀਜ਼ ਲੈਂਦੇ ਜੇ ਜੀ ਕਿਸੇ ਵੀ ਸ਼ੋਰੂਮ 'ਚੋਂ ਜਾ ਕੇ ਜੀ। ਤੇ ਦੂਜੀ ਗੱਲ ਆ ਗਈ ਜੀ, ਆਪਣੇ ਪੰਜਾਬ 'ਤੇ ਆਈਏ ਜੀ, ਆਂਦੇ ਮਤਲਬ ਤੂੰ ਕਹਿੰਦਾ ਪਟਵਾਰੀ ਵੇ ਮੁੰਡਾ ਰੋਵੇ ਅੰਬੀਆਂ ਨੂੰ ਜੀ, ਸਾਰਾ ਪੰਜਾਬ ਤੇ ਰੋਣ ਡਿਆ ਤੇ ਪਟਵਾਰੀ ਤੇ ਲੋਕਾਂ ਦੇ ਪੋਜੇ ਫੋਲਦੇ ਫਿਰਦੇ ਆ ਜੀ। ਤੇ ਤੁਸੀਂ ਵੇਖੋ 20 ਦਿਨਾਂ 'ਚ 21 ਤੇ ਜੱਟ ਆਤਮ ਹੱਤਿਆ ਕਰ ਗਏ ਆ ਜੀ, ਆਪਣੇ ਬਾਈ ਏਅਰ ਦੀਆਂ ਟਿਕਟਾਂ ਵੇਖੋ ਸਸਤੀਆਂ ਹੋ ਗਈਆਂ, ਸਾਰੇ ਪੰਜਾਬ 'ਚ ਜਾਣ ਵਾਲੇ ਲੋਕੀ ਕੋਈ ਇੱਕ ਜਾਂਦਾ ਵਿਆਹਾਂ ਦੇ ਟਾਈਮ ਤੇ, ਕੋਈ ਜਾਂਦਾ ਮੇਰੀਆਂ ਕੈਂਸਲ ਕਰਾ ਦੋ, ਕੋਈ ਲੱਖਾਂ ਰੁਪਈਏ ਉੱਥੇ ਜਾ ਕੇ ਇਨਵੈਸਟ ਕਰਦੇ ਹੈਗੇ ਇੰਡਸਟਰੀ ਤੇ, ਇਹਨਾਂ ਬੰਦ ਕਰਦੀ 20 ਦਿਨ ਹੋ ਗਏ ਆ, ਤੇ ਝੂਠ ਤੇ ਕੜਾ ਜਿੰਨੇ ਮਰਜ਼ੀ ਕਰਾ ਲਓ ਜੀ। ਬਿਲਕੁਲ ਠੀਕ ਹੈ, ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ।
ਦੁਨੀਆ ਤੇ ਤਰਾਹ ਤਰਾਹ ਕਰਕੇ ਮੰਨ ਲਈ ਤੇ ਨੈਪੋਲੀਅਨ ਨੇ ਕਿਹਾ ਸੀ ਕਿ ਜਦੋਂ ਦੁਨੀਆ ਹੱਕ ਮੰਗਣ ਆਉਣ ਤੇ ਉਹਨਾਂ ਨੂੰ ਰੌਲੇ ਗੋਲੇ ਪਾ ਦਿਓ, ਕਦੀ ਕਹਿ ਦਿਓ ਵੀ ਮੈਂ ਆਟਾ ਮੰਗਣ ਚੱਲਿਆ ਤੇ ਹਥਿਆਰ ਮੰਗਣ ਚੱਲਿਆ ਤੇ ਕਦੀ ਧਰਮ ਦੇ ਨਾਂ ਤੇ ਲੜਾਈਆਂ ਪਾ ਦਿਓ ਜੀ। ਇੱਕ ਵੀ ਮਹਲਾ 20 ਦਿਨਾਂ 'ਚ ਇਹਨਾਂ ਕੋਲ ਹੱਲ ਨਹੀਂ ਹੋਇਆ ਤੇ ਦੁਨੀਆ ਅੱਜ ਵੀ ਇੰਨੀ ਭੈ ਪੀਤੀ ਹੈ ਤੇ ਤੁਸੀਂ ਦੱਸੋ ਕਿਹੜਾ ਪੈਸਾ ਲਾ ਦੂ। ਜਦੋਂ ਘਰ ਲੜਾਈ ਪਈ ਹੋਵੇ ਨਾ ਤੇ ਜਿਹੜੀਆਂ ਕੰਪਨੀਆਂ ਆਉਣਾ ਉਹਨਾਂ ਲੁੱਟਣ ਵਾਸਤੇ ਆਉਣਾ, ਬਾਨੀ ਆਉਣਾ। ਵੇਖੋ ਸਰਕਾਰ ਦਾ ਪੈਸਾ ਆਵੇ, ਸੈਂਟਰ ਦਾ ਪੈਸਾ ਆਵੇ, ਉਹਦੀ ਆਸ ਹੁੰਦੀ ਵੀ ਇਹਦਾ ਕੋਈ ਭਲਾ ਹੋਊਗਾ ਪੰਜਾਬ ਦਾ। 700 ਕਰੋੜ ਰੁਪਈਆ ਪੰਜਾਬ ਦੀਆਂ ਸੜਕਾਂ ਵਾਸਤੇ ਨਰੇਗਾ ਪ੍ਰਧਾਨ ਮੰਤਰੀ ਸਕੀਮ 'ਚ ਆਉਣਾ ਸੀਗਾ, 100 ਕਰੋੜ ਰੁਪਈਆ ਠੇਕੇਦਾਰਾਂ ਦਾ ਅੜ ਗਿਆ ਤੇ ਉਹ ਸੜਕਾਂ ਬੰਦ ਕਰਕੇ ਘਰਾਂ ਨੂੰ ਚਲ ਗਿਆ, ਤੇ ਸੈਂਟਰਾਂ ਦਾ ਵੀ ਅਜੇ ਪਹਿਲਾ ਹਿਸਾਬ ਤੋਂ ਫੇਰ ਦੇਣਾ ਤੁਹਾਨੂੰ ਜੀ। ਤੇ ਚਲੋ ਵਾਹਿਗੁਰੂ ਭਲਾ ਕਰੇ ਜੀ, ਤੁਸੀਂ ਬਹੁਤ ਵਧੀਆ ਲਿਆਂਦਾ ਧਿਆਨ ਲੋਕਾਂ ਦਾ ਇਹਦੇ ਵਾਸਤੇ, ਫੋਟੋ ਫਾਟੋ ਵੇਖ ਲਈਆਂ ਨੇ ਜੀ ਬਾਦਲ ਸਾਹਿਬ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ, ਕਹਿੰਦੇ ਫੋਟੋ ਫਾਟੋ ਵੇਖ ਲਈਆਂ ਵਾ। ਵੇਖੋ ਜੀ, ਨਿਵੇਸ਼ ਆਵੇ ਕਿ ਨਾ ਆਵੇ, ਪਹਿਲੀ ਸਮਿਟ ਵਾਂਗੂ ਇੱਕ ਗੱਲ ਪੱਕੀ ਆ ਕਿ ਬੁੱਧਵਾਰ ਨੂੰ ਵੀ ਕਈ ਵੱਡੇ ਉਦਯੋਗਪਤੀਆਂ ਨੇ ਇਸ ਨਿਵੇਸ਼ ਦੇ ਵਿੱਚ, ਇਸ ਸਮਿਟ ਦੇ ਵਿੱਚ ਹਿੱਸਾ ਲਿਆ। ਮੁਕੇਸ਼ ਅੰਬਾਨੀ, ਮਲਵਿੰਦਰ ਐਮ ਸਿੰਘ, ਸੁਨੀਲ ਕਾਂਤ ਮੁੰਜਾਲ ਵਰਗੇ ਕਈ ਲੋਕ, ਚੰਦਾ ਕੋਚਰ ਜਿਹੜੇ ICICI ਬੈਂਕ ਦੇ ਚੇਅਰਮੈਨ ਨੇ, ਉਹਨਾਂ ਵਰਗੇ ਬਹੁਤ ਲੋਕ ਇਹਦੇ ਵਿੱਚ ਸ਼ਾਮਿਲ ਹੋਏ। ਮੁਕੇਸ਼ ਅੰਬਾਨੀ ਨੇ ਇਹ ਵੀ ਕਿਹਾ ਕਿ ਪੰਜਾਬ ਮੁਲਕ ਦਾ ਪਹਿਲਾ ਰਾਜ ਹੋਊਗਾ ਜਿਸ 'ਚ ਹਰ ਪਿੰਡ 'ਚ ਬ੍ਰੌਡਬੈਂਡ ਨਾਲ ਕਨੈਕਟਿਵਿਟੀ ਦਿੱਤੀ ਜਾਊਗੀ। ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਸਮਿਟ 'ਚ 1,00,000 ਕਰੋੜ ਤੋਂ ਵੱਧ ਨਿਵੇਸ਼ ਦੇ ਪ੍ਰੋਜੈਕਟ ਜਿਹੜੇ ਆ, ਕਰੀਬ 365 ਜਿਹੜੇ ਆ ਕਿ 370 MOUs ਸਾਈਨ ਹੋ ਰਿਹਾ। ਫੋਰਟਿਸ ਨੇ ਕਿਹਾ ਵਾ ਵੀ ਅਸੀਂ ਇੱਕ ਮੈਡੀਕਲ ਯੂਨੀਵਰਸਿਟੀ ਦਾ ਵੀ ਉਹਨਾਂ ਨੇ ਬਣਾਉਣ ਦਾ ਇੱਥੇ ਪੰਜਾਬ ਦੇ ਵਿੱਚ ਐਲਾਨ ਕੀਤਾ। ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਉਹ ਕੀ ਕਹਿਣਾ ਚਾਹੁੰਦੇ ਆ। ਲਗਾਤਾਰ ਜਿਹੜੀਆਂ ਕਾਲਸ ਆ ਰਹੀਆਂ ਵਾ, ਕਰੀਬ ਕਰੀਬ ਸਾਰੇ ਕਾਲਰ ਜਿਹੜੇ ਆ ਉਹਨਾਂ ਉਹ ਸ਼ੰਕਾ ਜਤਾ ਰਹੇ ਆ ਵੀ ਇਹ ਜੋ ਹੋ ਰਿਹਾ ਵਾ ਇਹਦਾ ਕੋਈ ਫਾਇਦਾ ਹੈ ਕਿ ਨਹੀਂ ਹੈ। ਉਹਨਾਂ ਨੂੰ ਲੱਗਦਾ ਵਾ ਕਿ ਇਹਦਾ ਕੋਈ ਫਾਇਦਾ ਨਹੀਂ, ਕਿਉਂਕਿ ਹਾਲਾਤ ਜਿਹੜੇ ਆ ਇੱਥੇ ਮਸਲੇ ਹੀ ਹੋ ਰਿਹਾ ਅਤੇ ਅਸੀਂ ਇੱਧਰ ਆਪਣਾ ਧਿਆਨ ਡਾਈਵਰਟ ਕਰਨ ਲਈ ਇਹ ਸਭ ਕੁਝ ਆਰਗੇਨਾਈਜ਼ ਕਰ ਰਹੇ ਹਾਂ। ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਕੀ ਕਹਿੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਹੰਤ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਰਾਜ ਬੋਲਦਾ ਜੀ ਵਰਜੀਨੀਆ ਤੋਂ। ਹਾਂਜੀ ਹਾਂਜੀ, ਦੱਸੋ ਕੀ ਵਿਚਾਰ ਨੇ ਤੁਹਾਡੇ। ਮੈਂ ਜੀ ਦੋ ਗੱਲਾਂ ਕਹਾਂਗਾ ਜੀ। ਇੱਕ ਤਾਂ ਅਸੀਂ ਵੀ ਦੇਖ ਰਹੇ ਸੀ, ਉਹ ਬੜਾ ਫੋਟੋਆਂ ਦੇਖਣ ਨੂੰ ਤੇ ਬੜੀਆਂ ਸੋਹਣੀਆਂ ਲੱਗਦੀਆਂ ਨੇ, ਲੇਕਿਨ ਤੁਸੀਂ ਇਹ ਦੇਖੋ ਕਾਰ ਢਾਬਿਆਂ ਤੱਕ ਨਜ਼ਰ ਰੱਖਦੀ ਆ ਜਿਹੜੀ ਜੀ। ਦੂਜੀ ਗੱਲ, ਇਨਵੈਸਟਰ ਨੇ ਜਿਹੜੇ ਆ ਉਹ ਦੇਖਦੇ ਆ ਵੀ ਸਾਡੀ ਸਿਕਿਉਰਿਟੀ ਹੈ ਜੀ ਜੀ। ਬਾਕੀ ਜਿਹੜੀ ਇਹਨਾਂ ਨੇ ਇਨਵੈਸਟਮੈਂਟ ਦੀ ਗੱਲ ਕਰੀ ਆ, ਬੈਂਕਿੰਗ ਸੈਕਟਰ ਜਾਂ ਟੈਲੀਕਾਮ ਨਹੀਂ ਦੇਖਦੇ ਜੇ ਉਹ, ਜਿਹਦੇ ਵਿੱਚ ਜਾਣੀ ਕਿ ਮਤਲਬ ਘੱਟ ਲੇਬਰ ਜੇ ਉਹ ਸਾਰਾ ਕੁਛ, ਇਹ ਸਿਰਫ ਇਹਦਾ ਕੋਈ ਫਾਇਦਾ ਫੁਦਾ ਇੱਦਾਂ ਹੋਣਾ ਨਹੀਂ ਜੀ ਮੈਂ ਤੁਹਾਨੂੰ ਦੱਸਾਂ। ਦੂਜੀ ਗੱਲ, ਤੁਸੀਂ ਇੱਕ ਇਹ ਮੈਂ ਬਹੁਤ ਇੰਪੋਰਟੈਂਟ ਗੱਲ ਕਹਿਣੀ ਚਾਹੁੰਦਾ ਜੀ ਵੀ ਜਦੋਂ ਕੋਈ ਵੀ ਇਨਵੈਸਟਰ ਆਉਂਦਾ, ਇਹਨਾਂ ਹੁਣ 9 ਸਾਲ ਹੋ ਗਏ ਸਰਕਾਰ ਚਲਾਉਂਦਿਆਂ ਨੂੰ ਜੀ, ਹਾਂਜੀ, ਹੁਣ ਆਖਰੀ ਸਾਲ ਆਲਮੋਸਟ ਸਾਰਿਆਂ ਨੂੰ ਪਤਾ ਵੀ ਕੀ ਹੋਣਾ ਗਾਹਾਂ ਦਿਖ ਹੀ ਜਾਂਦਾ ਜੀ। ਬਈ ਇਨਵੈਸਟਰ ਜਦੋਂ ਆਉਂਦਾ ਨਾ ਉਹ ਲੰਮੇ ਸਮੇਂ ਲਈ ਆਉਂਦਾ, ਉਹਨੇ ਦੇਖਣਾ ਵੀ ਅਗਲੀ ਸਰਕਾਰ ਦੀਆਂ ਕੀ ਪਾਲਿਸੀਆਂ ਹੋਣਗੀਆਂ। ਜਦੋਂ ਕਿਸੇ ਨੇ ਪੈਸਾ ਲਾਉਣਾ ਉਹ 4-5 ਚੀਜ਼ਾਂ ਮੋਟੀਆਂ ਦੇਖਦਾ। ਇੱਕ ਤਾਂ ਜ਼ਮੀਨ ਜਿਹੜੀ ਕਿ ਆਪਣੇ ਪੰਜਾਬ 'ਚ ਬਹੁਤ ਮਹਿੰਗੀ ਆ ਜੀ, ਪਹਿਲਾ ਕੰਮ ਆ ਜੀ। ਦੂਜੀ ਕੰਸਟਰਕਸ਼ਨ ਕੋਸਟ ਆ ਜਿਹੜੀ, ਤੁਹਾਨੂੰ ਪਤਾ ਹੀ ਆ ਰੇਤੀ ਹਾਲ ਆ ਜੀ, ਹਾਂਜੀ, ਲੇਬਰ ਅਤੇ ਬਿਜਲੀ ਇਹਨਾਂ ਨੇ ਸਿਰਫ ਜਿਹੜੀ 5 ਸਾਲ ਲਈ ਕਹੀ ਆ ਵੀ ਅਸੀਂ ਸਸਤੀ ਦਿਆਂਗੇ, ਇਕੱਲੀ ਬਿਜਲੀ ਨਾਲ ਇੰਡਸਟਰੀ ਨਹੀਂ ਚੱਲਦੀ, ਲੇਬਰ ਆਪਣੇ ਸਸਤੀ ਹੈ ਕੋਈ ਨਹੀਂ, ਬਿਜਲੀ ਦੇ ਬਿੱਲਾਂ ਦਾ ਵੀ ਰੌਲਾ ਹੀ ਹੋ ਜਾਣਾ। ਉਦੋਂ ਮੈਂ ਟਰਾਂਸਪੋਰਟੇਸ਼ਨ ਕੋਸਟ ਆ ਜਿਹੜੀ ਉਹ ਪੂਰੇ ਇੰਡੀਆ 'ਚ ਤੁਸੀਂ ਲਾ ਕੇ ਦੇਖੋ, ਪੰਜਾਬ ਇੱਕ ਸਾਈਡ 'ਤੇ ਬੈਠਾ ਕਿੰਨੀ ਮਹਿੰਗੀ ਪਣੀ ਆ। ਜਿਹੜਾ ਇਨਵੈਸਟਰ ਜਿਹੜੇ ਇਹਦੇ ਗੱਲਾਂ ਕਰਦੇ ਨੇ, ਇਹਨਾਂ ਨੇ ਤਾਂ ਖੁੱਲੀ ਇਹ ਗਲੋਬਲ ਇਨਵੈਸਟਰ ਨੇ ਜੀ, ਇਹਨਾਂ ਨੇ ਹਰ ਪਾਸੇ ਲਾ ਕੇ ਦੇਖਣਾ। ਫਰਜ਼ ਕਰੋ ਕੋਈ ਬੰਦਾ ਇਨਵੈਸਟ ਕਰਕੇ, ਮੈਂ ਜਾਂ ਕੋਈ ਵੀ ਆ, ਵੀ 10 ਰੁਪਏ ਦੇ ਵਿੱਚ ਕੋਈ ਚੀਜ਼ ਪੰਜਾਬ 'ਚ ਤਿਆਰ ਕਰੇ, ਹੈਂਜੀ,
ਔਰ ਉਹਨੂੰ ਉਹ 10 ਰੁਪਏ ਵਾਲੀ ਚੀਜ਼ ਨੂੰ ਉਹ ਵੇਚਣਾ ਚਾਹਵੇ ਆਲ ਓਵਰ ਇੰਡੀਆ 'ਚ, ਉਹੀ ਚੀਜ਼ ਅਗਰ ਯੂਪੀ ਬਿਹਾਰ ਦੇ ਵਿੱਚ 7 ਰੁਪਏ ਦੇ ਵਿੱਚ ਵਧੀਆ ਕੁਆਲਿਟੀ ਦੀ ਤਿਆਰ ਕਰਕੇ ਅਗਰ ਉਹਦਾ ਕੰਪੀਟੀਟਰ ਆ ਕੇ ਉੱਚੂਗਾ, ਉਹ 7 ਵਾਲੀ ਲਊ ਕਿ 10 ਵਾਲੀ ਲਊ ਜੀ ਬੰਦਾ? ਬਿਲਕੁਲ ਠੀਕ ਹੈ, ਹਾਂਜੀ ਬਿਲਕੁਲ ਠੀਕ ਹੈ। ਇਸ ਕਰਕੇ ਇਹ ਗੱਲਾਂ ਹੀ ਨੇ ਜੀ, ਦੇਖ ਲਿਓ ਤੁਸੀਂ ਇੱਥੇ ਹੀ ਬਸ ਆ ਗੱਲਾਂ ਗੁਲਾਂ ਹੋ ਕੇ ਬੰਦ ਹੋ ਜਾਣੀਆਂ। ਸਿਰਫ ਲੋਕ ਤਾਂ ਭੁੱਖੇ ਮਾਰਦੇ, ਕੀ ਹਾਲ ਕੀਤਾ ਵਾ ਇੰਡਸਟਰੀ ਦੇ ਵਾਸਤੇ ਸੁਖੇਵੇਂ ਨਹੀਂ ਹੈ। ਕੰਸਟਰਕਸ਼ਨ ਕੋਸਟ ਬਹੁਤ ਜ਼ਿਆਦਾ ਵਾ, ਟਰਾਂਸਪੋਰਟੇਸ਼ਨ ਕੋਸਟ ਬਹੁਤ ਲੰਬੀ ਪੈ ਜਾਂਦੀ ਕਿਉਂਕਿ ਪੰਜਾਬ ਇੱਕ ਹਿੱਸੇ 'ਚ ਹੈ ਔਰ ਉਹੋ ਜਿਹੀ ਕਨੈਕਟਿਵਿਟੀ ਇੱਥੇ ਹੈ ਨਹੀਂ ਜਿਹੋ ਜਿਹੀ ਹੋਣੀ ਚਾਹੀਦੀ ਸੀ। ਲੇਬਰ ਕੋਸਟ ਬਹੁਤ ਜ਼ਿਆਦਾ ਵਾ ਔਰ ਕੰਸਟਰਕਸ਼ਨ ਕੋਸਟ ਇਸ ਕਰਕੇ ਵੀ ਮੇਰੇ ਖਿਆਲ ਕਾਫੀ ਜ਼ਿਆਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਬਿਜਲੀ ਆ ਜਾਂ ਰੇਤਾ ਬਜਰੀ ਜਿਹੜਾ ਵਾ ਉਹ ਵੀ ਤਾਂ ਇੱਥੇ ਬਲੈਕ ਦੇ ਵਿੱਚ ਹੀ ਇੱਥੇ ਇੱਕ ਮਾਫੀਆ ਜਿਹੜਾ ਵਾ ਉਹ ਇਹ ਕਾਰੋਬਾਰ ਕਰ ਰਿਹਾ। ਸੋ ਇਹ ਹਾਲਾਤ ਜਿਹੜੇ ਆ ਇਹਨਾਂ ਚੀਜ਼ਾਂ ਕਰਕੇ ਉਹਨਾਂ ਦਾ ਖਿਆਲ ਹੈ ਕਿ ਬਹੁਤਾ ਇਹਦਾ ਫਾਇਦਾ ਨਹੀਂ ਹੋਣਾ। ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਜਿਹੜੇ ਆ ਉਹ ਆਪਣੇ ਕੀ ਪ੍ਰਸਤਾਵ ਦੇਣਾ ਚਾਹੁੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਜਿਹੜਾ ਤੁਹਾਡਾ ਆਪਣੇ ਆਪਣੀ ਇੰਟਰੋਡਕਸ਼ਨ ਦੋ ਜ਼ਰਾ। ਹਾਂਜੀ, ਅਵਤਾਰ ਸਿੰਘ ਬੋਲਦੇ ਜਰਸੀ ਤੋਂ। ਅਵਤਾਰ ਸਿੰਘ ਨਿਊ ਜਰਸੀ ਤੋਂ? ਹਾਂਜੀ ਹਾਂਜੀ। ਅਵਤਾਰ ਸਿੰਘ ਜੀ ਥੋੜਾ ਸੰਖੇਪ ਚ। ਹਾਂਜੀ ਹਾਂਜੀ, ਜਿਹੜਾ ਇਹਨਾਂ ਨੇ ਅੱਜ ਪ੍ਰੋਗਰਾਮ ਕਰਵਾਇਆ ਉੱਥੇ ਪੰਜਾਬ ਦੇ ਵਿੱਚ ਜੀ, ਉਹਦਾ ਜਿਹੜਾ ਕੋਈ ਵੀ ਬਿਜ਼ਨਸਮੈਨ ਹੁੰਦੇ ਆ ਜਾਂ ਉਹ ਆਪਣੇ ਹਰ ਇੱਕ ਵੇ ਤੋਂ ਦੇਖਦੇ ਆ ਜੀ ਆਪਣੀ ਇੰਡਸਟਰੀ ਨੂੰ ਇੱਕ ਸਕਸੈਸ ਕਰਨ ਦੇ ਲਈ ਜੀ। ਬਟ ਜੋ ਕੁਛ ਪੰਜਾਬ ਦੇ ਆਗੂ ਪੰਜਾਬ ਨੂੰ ਜਿਹੜੇ ਚਲਾਉਣ ਵਾਲੇ ਕਰ ਰਹੇ ਨੇ, ਕੋਈ ਵੀ ਇਨਵੈਸਟਰ ਨਹੀਂ ਉੱਥੇ ਇਨਵੈਸਟ ਕਰਨਾ ਚਾਹੇਗਾ ਜੀ, ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਨੈਸਲੇ ਵਾਲਿਆਂ ਨਾਲ ਕੀ ਕੀਤਾ ਆ ਜੀ, ਤੇ ਹੋਰ ਵੀ ਕਾਫੀ ਕੰਪਨੀਆਂ ਰਹੀਆਂ ਨੇ ਜਿਹਨਾਂ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਆ ਵੀ ਕਿਹੜੀ ਕਿਹੜੀ ਕੰਪਨੀ ਨੇ ਇੱਥੇ ਵਿੱਚ ਇਨਵੈਸਟ ਕਰਿਆ ਪੰਜਾਬ ਦੇ ਵਿੱਚ, ਕਿਹੜੀ ਕਿਹੜੀ ਕੰਪਨੀ ਸਖਤ ਹੋਈ ਆ, ਕਿਹੜੀ ਕਿਹੜੀ ਫੇਲ ਹੋਈ ਆ, ਤੇ ਮੋਸਟਲੀ ਸਾਰੀਆਂ ਤਾਂ ਉੱਥੋਂ ਇੰਡਸਟਰੀ ਬੰਦ ਹੋ ਚੁੱਕੀ ਆ, ਤੇ ਮੈਨੂੰ ਨਹੀਂ ਲੱਗਦਾ ਹੈਗਾ ਇਹਨਾਂ ਦਾ ਇਹ ਪ੍ਰੋਗਰਾਮ ਸਕਸੈਸ ਹੋਵੇਗਾ। ਤੇ ਅੱਜ ਦੇਖ ਲਓ ਕੀ ਹਾਲਾਤ ਹੋਏ ਪਏ ਨੇ ਪੰਜਾਬ ਦੇ, ਮਿਹਰਬਾਨੀ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਨਿਊ ਜਰਸੀ ਤੋਂ, ਉਹਨਾਂ ਦਾ ਵਿਚਾਰ ਆ ਵੀ ਜਿਹੜਾ ਵੀ ਇੰਡਸਟਰੀ 'ਚ ਪੈਸਾ ਲਾਉਂਦਾ ਉਹ ਹਰ ਪੱਖ ਵੇਖਦਾ ਵਾ, ਇਹ ਵੀ ਵੇਖਦਾ ਵਾ ਬਾਕੀ ਇੰਡਸਟਰੀ ਦਾ ਕੀ ਹਾਲ ਹੈ, ਅਤੇ ਜੇ ਨੈਸਲੇ ਵਰਗੀਆਂ ਕੰਪਨੀਆਂ ਜਿਹੜੀਆਂ ਵਾ ਉਹ ਔਰ ਹੋਰ ਕੰਪਨੀਆਂ ਬੰਦ ਹੋ ਰਹੀਆਂ ਇੱਥੇ, ਅਤੇ ਅਗਲਾ ਬੰਦਾ ਕਿਉਂ ਇਨਵੈਸਟ ਕਰੂਗਾ? ਸੋ ਹਰ ਪੱਖ ਜੇ ਵੇਖਿਆ ਜਾਵੇ ਤਾਂ ਸ਼ਾਇਦ ਹਾਲਾਤ ਸੁਖੇਵੇਂ ਨਹੀਂ ਹੈ ਇੱਥੇ ਨਵੇਂ ਨਿਵੇਸ਼ ਵਾਸਤੇ। ਦੇਖਦੇ ਹਾਂ ਸਾਡੇ ਅਗਲੇ ਜਿਹੜੇ ਸ਼ੁਭਚਿੰਤਕ ਆ ਉਹ ਕੀ ਆਪਣੇ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ ਇਸ ਸਾਰੇ ਮਸਲੇ 'ਤੇ ਜਿਹੜਾ ਅਸੀਂ ਅੱਜ ਵਿਚਾਰ ਰਹੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਬਾਊਸਰ ਘੋਤੜਾ ਵਾਲਾ ਨਿਊ ਜਰਸੀ ਤੋਂ ਬੋਲਦਾ ਪਿਆ ਜੀ। ਹਾਂਜੀ ਹਾਂਜੀ ਹਾਂਜੀ, ਦੱਸੋ ਕੀ ਵਿਚਾਰ ਨੇ ਤੁਹਾਡੇ? ਮੈਂ ਕਿਹਾ ਵੀ 2 ਸਾਲ ਪਹਿਲਾਂ ਇਹਨਾਂ ਨੂੰ ਲਿਆਂਦੇ ਸੀ ਲਪੈਨੀ ਵਰਗਿਆਂ ਨੂੰ, ਤੇ ਇਹ ਆਪਣੇ ਪੰਜਾਬ ਵਿੱਚ ਇਹਨਾਂ ਨੇ ਕੁਛ ਨਹੀਂ ਕੀਤਾ ਜੀ ਜੀ, ਤੇ ਮੈਂ ਕਿਹਾ ਵੀ ਇੱਥੇ ਤੇ ਹੁਣ ਮੂੰਗਫਲੀ ਦੀ ਰੇਹੜੀ ਲਾਏ ਤੇ ਉਹਨਾਂ ਕੋਲੋਂ 10% ਬਦਲ ਲੈਂਦਾ ਹੈ ਜੀ। ਅੱਛਾ, ਓਕੇ, ਹਾਂਜੀ, ਤੇ ਇਹ ਤੇ ਹਰ ਮਤੀ ਆਪਣੇ ਗਰੀਬ ਬੰਦੇ ਕੋਲੋਂ ਆਪਣਾ 10% ਲੈ ਰਿਹਾ ਜੀ, ਤੇ ਇੱਥੇ ਕਿਸੇ ਨੇ ਕੀ ਕਰਨਾ ਪੰਜਾਬ ਵਿੱਚ ਬਿਜ਼ਨਸ? ਅਸੀਂ ਤੇ ਨਿਊਯਾਰਕ ਰਹਿਣ ਦੇ ਹਾਂ ਜੀ ਜੀ ਜੀ।
ਸੋ ਭਾਈ ਸਾਹਿਬ ਨੇ ਕਿਹਾ ਜੀ ਇੱਥੇ ਜਿਹੜੇ ਲੋਕ ਸੱਤਾ 'ਚ ਆ ਉਹ ਕੱਟ ਲੈਂਦੇ ਆ। ਦੇਖੋ ਜੀ ਕੱਟ ਲੈਂਦੇ ਕਿ ਨਹੀਂ ਲੈਂਦੇ ਇਹਦੇ ਬਾਰੇ ਤਾਂ ਸਾਡੇ ਕੋਲ ਪੁਖਤਾ ਸਬੂਤ ਹੈ ਨਹੀਂ, ਲੇਕਿਨ ਪਰਸੈਪਸ਼ਨ ਜ਼ਰੂਰ ਬਣ ਗਈ ਹੈ ਇੱਕ, ਔਰ ਪਰਸੈਪਸ਼ਨ ਜਿਹੜੀ ਆ ਕਈ ਵਾਰ ਕੁਛ ਨਹੀਂ ਹੋਣਾ ਜੀ, ਇੱਥੇ ਤਾਂ 2 ਸਾਲ ਪਹਿਲੇ ਵੀ ਇਹਨੇ ਕੀਤਾ, ਕੋਈ ਨਹੀਂ ਇੱਥੇ ਹਾਸਲ ਹੋਇਆ ਜੀ ਆਪਣੇ ਪੰਜਾਬ ਵਿੱਚ। ਜੀ ਜੀ ਜੀ, ਗਰੀਬ ਜਨਤਾ ਮਾਰ ਰਹੀ, ਕਿਸਾਨ ਮਰ ਰਹੇ ਨੇ, ਇਹ ਉਹਨਾਂ ਬਾਰੇ ਨਹੀਂ ਕਿ ਆਪਣੇ ਝੋਨਾ ਅਤੇ ਕਣਕ ਨਹੀਂ ਸਾਂਭ ਰਹੇ ਅਤੇ ਉਹਨਾਂ ਬਾਰੇ ਕੀ ਕੀਤਾ ਇਹਨੇ। ਬਿਲਕੁਲ ਬਿਲਕੁਲ, ਮੈਂ ਇਹ ਵੀ ਚਾਹੂੰਗਾ ਕਿ ਜਿਹੜੇ ਲੋਕ ਇੰਡਸਟਰੀ ਉੱਥੇ ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੇ ਇੰਡਸਟਰੀ ਦੇ ਵਿੱਚ ਇਸ ਵੇਲੇ ਇੰਡਸਟਰੀ ਦਾ ਕਾਰੋਬਾਰ ਕਰਦੇ ਆ, ਇੰਡਸਟਰੀਲਿਸਟ ਹੈਗੇ ਜਿਹੜੇ ਜਿਨ੍ਹਾਂ ਨੇ ਯੂਨਿਟਸ ਲਾਈਆਂ ਵਾ, ਉਹ ਜੇ ਇਸ ਸ਼ੋਅ ਦੇ ਵਿੱਚ ਹਿੱਸਾ ਲੈ ਕੇ ਆਪਣੇ ਵਿਚਾਰ ਜ਼ਰੂਰ ਦੱਸਣ ਕਿ ਉਹ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ 'ਚ ਇਨਵੈਸਟ ਕਰਨਾ ਚਾਹੁੰਗੇ ਕਿ ਨਹੀਂ ਕਰਨਾ ਚਾਹੁੰਗੇ, ਉਹ ਬਹੁਤ ਚੰਗੀ ਗੱਲ ਹੋਊਗੀ। ਮੁੱਖ ਮੰਤਰੀ ਨੇ ਇਸ ਸਾਰੇ ਕਾਰੇ ਦੀ ਥਾਪੀ ਜਿਹੜਾ ਇਨਵੈਸਟਮੈਂਟ ਸਬਮਿਟ ਕੀਤੀ ਆ 2013 'ਚ ਅਤੇ ਹੁਣ ਇਹਦੀ ਸਾਰਿਆਂ ਦੀ ਥਾਪੀ ਜਿਹੜੀ ਆ ਉਹ ਆਪਣੇ ਬੇਟੇ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ। ਉਹਨਾਂ ਕਿਹਾ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਇੱਥੇ ਕਿ ਜੇ ਕੋਈ ਨਵਾਂ ਫੂਡ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਕੋਈ ਨਿਵੇਸ਼ ਕਰਨਾ ਚਾਹੁੰਦਾ ਵਾ, ਲਾਉਣਾ ਚਾਹੁੰਦਾ ਵਾ, ਤਾਂ ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗੂਗਾ, ਕਿਉਂਕਿ ਮੁਲਕ ਦੇ ਇਸ ਵੇਲੇ ਫੂਡ ਪ੍ਰੋਸੈਸਿੰਗ ਮਿਨਿਸਟਰ ਹਰਸਿਮਰਤ ਕੌਰ ਬਾਦਲ, ਉਹਨਾਂ ਦੇ ਵਾਈਫ ਆਪ ਹੀ ਨੇ ਇਸ ਮਸਲੇ 'ਤੇ, ਸੀਨੀਅਰ ਬਾਦਲ ਨੇ ਕੱਲ੍ਹ ਇੱਥੇ ਮਜ਼ਾਕ ਵੀ ਕੀਤਾ, ਉਹਨਾਂ ਕਿਹਾ ਜੀ ਵੀ ਐਂ ਲੱਗਦਾ ਵੀ ਸੁਖਬੀਰ ਬਾਦਲ ਆਪਣੇ ਘਰਵਾਲੀ ਦੇ ਦਬਾਅ ਹੇਠ ਆ ਗਏ। ਸੋ ਜ਼ਾਹਿਰ ਹੈ ਕਿ ਇਸ ਸਮਿਟ ਦਾ ਕੁਝ ਹਿੱਸਾ ਜਿਹੜਾ ਵਾ ਬਾਦਲ ਪਰਿਵਾਰ ਇੱਕ ਦੂਜੇ ਨੂੰ ਥਾਪੀ ਦੇਣ ਦੇ ਵਿੱਚ ਹੀ ਉਹਨਾਂ ਨੇ ਲਗਾਇਆ। ਇਸ ਸਮਿਟ ਦਾ ਕਿੰਨਾ ਕੁ ਫਾਇਦਾ ਹੋਣਾ ਵਾ ਇਹ ਤਾਂ ਸਮਾਂ ਹੀ ਦੱਸੂਗਾ, ਪਰ ਕੁਝ ਉਦਯੋਗਾਂ ਦੇ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਨਵੀਂ ਉਦਯੋਗ ਦੀ ਨੀਤੀ ਬਣਾਉਣ ਤੋਂ ਪਹਿਲਾਂ ਅਤੇ ਇਹੋ ਜਿਹਾ ਨਿਵੇਸ਼ ਸਬਮਿਟ ਕਰਨ ਤੋਂ ਪਹਿਲਾਂ ਇੱਕ ਆਲ ਪਾਰਟੀ ਮੀਟਿੰਗ ਸੱਦੀ ਜਾਵੇ। ਆਲ ਪਾਰਟੀ ਮੀਟਿੰਗ ਦੇ ਵਿੱਚ ਸਾਰਿਆਂ ਦੇ ਸਾਂਝੇ ਵਿਚਾਰ ਲਏ ਜਾਣ, ਕਿਉਂਕਿ ਇਸ ਕਰਕੇ ਜ਼ਰੂਰੀ ਆ ਕਿਉਂਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਵਾ, ਪਰ ਜਿਹੜਾ ਬੰਦਾ ਵੀ ਕੋਈ ਪੈਸਾ ਲਾਉਂਦਾ, ਕਰੋੜਾਂ ਪੈਸੇ ਲਾਉਂਦੇ ਆ, ਕਰੋੜਾਂ ਰੁਪਈਏ ਲਾਉਂਦੇ ਆ, ਉਹ ਚਾਹੁੰਦੇ ਆ ਕਿ ਇੱਕ ਉਦਯੋਗ ਦਾ ਸਹੀ ਢਾਂਚਾ ਬਣੇ ਔਰ ਉਹ ਜਿਹੜੀ ਪੋਲਿਸੀ ਆ ਉਹ ਚੱਲਦੀ ਰਹੇ। ਉਹਨਾਂ ਨੂੰ ਡਰ ਰਹਿੰਦਾ ਵਾ ਕਿ ਜੇ ਪਾਰਟੀ ਬਦਲ ਗਈ ਤਾਂ ਇਹ ਨਾ ਹੋਵੇ ਵੀ ਉਹਨਾਂ ਦਾ ਪੈਸਾ ਵੀ ਕਿਤੇ ਡੁੱਬ ਜਾਵੇ ਅਤੇ ਪੈਸੇ ਦਾ ਵੀ ਉਹਨਾਂ ਦੇ ਉਦਯੋਗ ਦਾ ਭੱਠਾ ਬੈਠ ਜਾਵੇ। ਸੋ ਪੰਜਾਬ ਸਰਕਾਰ ਨੇ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਲ ਪਾਰਟੀ ਮੀਟਿੰਗ ਦਾ ਕੀ ਸੱਦਣੀ ਸੀ, ਮੇਰੇ ਖਿਆਲ ਇਸ ਸਮਿਟ ਵਾਸਤੇ ਬਾਕੀ ਵਿਰੋਧੀ ਧਿਰਾਂ ਦੇ ਲੋਕਾਂ ਨੂੰ ਸੱਦਾ ਵੀ ਨਹੀਂ ਦਿੱਤਾ। ਸੋ ਮੇਰੇ ਖਿਆਲ ਆ ਇਹੋ ਜਿਹੇ ਕੰਮ ਵਾਸਤੇ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਚਾਹੀਦਾ, ਤਦ ਹੀ ਇਹੋ ਜਿਹੀਆਂ ਸਬਮਿਟਸ ਜਿਹੜੀਆਂ ਉਹ ਕਾਮਯਾਬ ਹੁੰਦੀਆਂ। ਕੁਝ ਦਰਸ਼ਕ ਹੋਰ ਵੀ ਸਾਡੇ ਨਾਲ ਜੁੜੇ ਆ, ਦੇਖਦੇ ਹਾਂ ਉਹ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਰਨਵਰ ਸਿੰਘ ਜੀ, ਮੈਂ ਹਾਂਜੀ ਗੁਰਫਤਿਹ ਭਾਈ ਸਾਹਿਬ ਸਿੰਘ, ਮੈਂ ਸਿੱਖ ਸਿੰਘ ਅਨੰਦਪੁਰ ਵਾਸੀ ਬੋਲ ਰਿਹਾ। ਹਾਂਜੀ ਹਾਂਜੀ ਭਾਈ, ਮੈਂ ਕਹਿੰਦੇ ਨੇ ਜੀ ਉੱਤੋਂ ਬੀਬੀਆਂ ਦਾੜੀਆਂ ਵਿੱਚੋਂ ਕਾਲੇ ਕਾਂ, ਇਹ ਇਨਸਾਨ ਜਿਹੜੇ ਆ ਨਾ ਇਹ ਵਿੱਚੋਂ ਕੁਛ ਹੋਰ ਨੇ ਤੇ ਉੱਤੋਂ ਕੁਛ ਹੋਰ ਨੇ, ਕਿਉਂਕਿ ਇਹਨਾਂ ਨੇ ਕਰਨਾ ਕੱਤਰਨਾ ਕੁਛ ਨਹੀਂ ਹੈ। ਸਮੇਂ ਦੇ ਹਾਲਾਤ ਨੂੰ ਦੇਖ ਕੇ ਮੈਨੂੰ ਕੁਛ ਯਾਦ ਆ ਗਿਆ, ਹਮ ਆਹਾ ਵੀ ਭਰਤੇ ਹੋ ਜਾਤੇ ਹੈ ਬਦਨਾਮ, ਵੋ ਕਤਲ ਵੀ ਕਰਤੇ ਹੈ ਚਰਚਾ ਨਹੀਂ ਹੋਗਾ। ਉਹ ਲੋਕ ਇੰਨਾ ਸਾਰੇ ਖੂਨ ਵਹਾਉਂਦੇ ਤੁਰੇ ਜਾ ਰਹੇ ਨੇ, ਇਹਨਾਂ ਨੇ ਇੰਡਸਟਰੀਆਂ ਕੀ ਲਾਉਣੀਆਂ? ਇਸ ਥੋੜ੍ਹਾ ਲੋਕ ਸਾਡੇ ਸਿੱਖਾਂ ਨੂੰ ਮਾਰ ਦੇਣ ਤਾਂ ਚੰਗੀ ਗੱਲ ਆ, ਉਹੀ ਕਰਦੇ ਕੰਮ ਕਰੀ ਜਾਂਦੇ ਆ। ਔਰ ਮਾਫ਼ ਕਰਨਾ ਕਿ ਇਹ ਕੰਮ ਕਰਨਗੇ ਜਿਹੜੇ ਇਹਨਾਂ ਨੇ ਇੰਡਸਟਰੀਆਂ ਲਾਈਆਂ, ਕੱਖ ਨਹੀਂ ਕਰਨਾ ਇਹਨਾਂ ਨੇ, ਸਭ ਸਿੱਖਾਂ ਦੀਆਂ ਅੱਖਾਂ ਵਿੱਚ ਧੂਲ ਝੋਕਣ ਵਾਸਤੇ ਕੰਮ ਕਰ ਰਹੇ ਨੇ। ਮਾਫ਼ ਕਰਿਓ, ਇਹਨਾਂ ਨੇ ਕੱਖ ਨਹੀਂ ਕਰਨਾ, ਸਿਰਫ਼ ਆਪਣੇ ਪਰਿਵਾਰ ਨੂੰ ਬੜੋਤਰੀ ਦੇ ਕੇ ਆਪਣੀ ਇੱਜ਼ਤ ਬਣਾਉਣ ਵਾਸਤੇ ਕਰ ਰਹੇ ਵੀ ਜਿਹੜੀ ਸਾਡੇ 'ਤੇ ਹੁਣ ਖੁੰਬ ਠੁੱਪ ਹੋਈ ਦੀ ਉਹਦਾ ਕੁਛ ਫਰਕ ਪੈਦਾ ਹੋ ਜਾਵੇ ਸਾਨੂੰ, ਕੁਛ ਨਹੀਂ ਹੋਣਾ ਇਹਨਾਂ ਨੂੰ, ਇਹ ਸਭ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਮਾਫ਼ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ, ਗੁਰਫਤਿਹ ਭਾਈ ਸਾਹਿਬ ਦਾ ਕਹਿਣਾ ਵੀ ਕੋਈ ਫਾਇਦਾ ਨਹੀਂ ਹੋਣਾ ਜੋ ਹੋ ਰਿਹਾ ਵਾ, ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਮਿੱਟੀ ਪਾਉਣ ਵਾਲੀ ਗੱਲ ਇੱਥੇ ਹੋ ਰਹੀ ਆ, ਦੇਖਦੇ ਹਾਂ ਅਗਲੇ ਸੱਜਣ ਕੀ ਵਿਚਾਰ ਰੱਖਣੇ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ ਬੋਲ ਰਿਹਾ ਜੀ, ਸਿਮੀ ਵੈਲੀ ਤੋਂ।
ਹਾਂਜੀ ਹਾਂਜੀ ਜਤਿੰਦਰ ਜੀ ਦੱਸੋ ਤੁਹਾਡੇ ਕੀ ਵਿਚਾਰ ਨੇ, ਕੀ ਤੁਸੀਂ ਇੰਡਸਟਰੀ ਨਾਲ ਜੁੜੇ ਜੇ? ਮੈਂ ਕਈ ਚੀਜ਼ਾਂ ਨਾਲ ਜੁੜਿਆ ਹੈ ਜੀ, ਮੈਂ ਵੈਸੇ ਤਾਂ ਮੇਰੀ ਗਵਰਨਮੈਂਟ ਸਰਵਿਸ ਹੈ ਪਰ ਮੇਰਾ ਬਿਜ਼ਨਸ ਵੀ ਹੈ। ਓਕੇ ਵੈਰੀ ਗੁੱਡ। ਪਰ ਮੇਰਾ ਜਿਹੜਾ ਕਿ ਇਹ ਸਿਰਫ ਆਈ ਵਾਸ਼ ਹੈ, ਜਿੱਦਾਂ ਪਹਿਲਾਂ ਵੀ ਕਿਸੇ ਨੇ ਕਿਹਾ ਜੀ ਕਿ ਇਹ ਅਨਾਊਂਸਮੈਂਟਸ ਨੇ ਸਿਰਫ। ਓਕੇ ਇਹ ਅਨਾਊਂਸਮੈਂਟਸ ਮੈਨੂੰ ਆਪਣੇ ਪੁਰਾਣੇ ਟਾਈਮ ਤੇ ਲੁਧਿਆਣੇ ਮੈਂ ਸਕੂਲ ਚ ਜਦੋਂ ਪੜ੍ਹਦਾ ਸੀ ਤਾਂ ਸਾਡੇ ਸਕੂਲ ਚ ਨਾ ਗਿਆਨੀ ਦਿਆਲ ਸਿੰਘ ਉਦੋਂ ਚੀਫ ਮਿਨਿਸਟਰ ਸੀ। ਓਕੇ ਤੇ ਬੜੇ ਮਿਨਿਸਟਰ ਮਿਨਿਸਟਰ ਆਏ ਤੇ ਗਿਆਨੀ ਆਪਣੇ ਗੁਰਮੁਖ ਸਿੰਘ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਹੁੰਦੇ ਸੀ। ਹਾਂਜੀ। ਅੱਛਾ ਉਹ ਜੀ ਸਾਰਿਆਂ ਨੇ ਅਨਾਊਂਸਮੈਂਟ ਕੀਤੀ, 10,000 ਮੇਰੇ ਵੱਲੋਂ, 10,000 ਮੇਰੇ ਵੱਲੋਂ, 20,000 ਮੇਰੇ ਵੱਲੋਂ। ਉਹ ਕਹਿੰਦੇ ਵੀ ਇਹਨਾਂ ਨੇ ਨਾ ਇਹ ਸਿਰਫ ਅਨਾਊਂਸਮੈਂਟਾਂ ਕੀਤੀਆਂ ਨੇ, ਇਹਨਾਂ ਦਾ ਕੁਝ ਮਿਲਣਾ ਨੀ ਗਾ। ਵੀ ਮੇਰੀ ਜੇਬ ਚ ਇਸ ਟਾਈਮ 500 ਰੁਪਈਆ ਆਇਆ, ਮੇਰੇ ਤੋਂ ਆਹ ਫੜੋ। ਇੱਥੇ ਹੋਣਾ ਵੀ ਇਹ ਇਹਨਾਂ ਨੇ ਸਿਰਫ ਅਨਾਊਂਸਮੈਂਟਾਂ ਕੀਤੀਆਂ ਨੇ, ਜਿੰਨੇ ਅੰਬਾਨੀ ਨੇ ਜਾਂ ਹੋਰ ਬਿਜ਼ਨਸਮੈਨ ਨੇ, ਕਿਉਂਕਿ ਇੱਕ ਸਾਲ ਬਾਅਦ ਇਲੈਕਸ਼ਨ ਹੋਣਾ, ਇਹਨਾਂ ਨੇ ਕਹਿਣਾ ਜੀ ਦੇਖੋ ਅਸੀਂ ਆਹ ਇੰਨੇ ਬੰਦੇ ਬੁਲਾਏ ਸੀਗੇ, ਇੰਡਸਟਰੀ ਸ਼ੁਰੂ ਹੋਏਗੀ, ਕਦੋਂ ਹੋਏਗੀ ਇਹ ਕੋਈ ਪਤਾ ਨੀ। ਜੀ ਜੀ ਇਹ ਬਸ ਸਿਰਫ ਇੱਕ ਆਈ ਵਾਸ਼ ਆ, ਜਿੱਦਾਂ ਸਾਰਿਆਂ ਨੇ ਪਹਿਲਾਂ ਹੀ ਕਿਹਾ, ਬਾਕੀ ਤੁਸੀਂ ਆਪ ਸਿਆਣੇ ਹੋ ਕਿ ਜੋ ਕੁਛ ਹੋ ਰਿਹਾ ਉਹ ਤੁਹਾਨੂੰ ਜ਼ਿਆਦਾ ਪਤਾ। ਤੁਹਾਨੂੰ ਤੇ ਜੇ ਮੈਨੂੰ ਕੋਈ ਇੰਡਸਟਰੀ ਲਾਉਣ ਦੇ ਲਈ ਕੋਈ ਕਹੇ, ਜਦ ਤੱਕ ਮੈਨੂੰ ਸਟੇਟ ਗਵਰਨਮੈਂਟ, ਮੈਂ ਇੱਥੇ ਬਿਜ਼ਨਸ ਇਸ ਲਈ ਲਾਇਆ, ਉਹ ਆਊਟ ਆਫ ਸਟੇਟ ਜਾ ਕੇ ਲਾਇਆ, ਕੈਲੀਫੋਰਨੀਆ ਜਾ ਕੈਨ ਨਾਟ ਅਫੋਰਡ, ਰਾਈਟ, ਮੈਂ ਤਾਂ ਬਾਹਰ ਜਾ ਕੇ ਲਾਇਆ ਕਿਉਂਕਿ ਵੀ ਮੈਨੂੰ ਉੱਥੋਂ ਜ਼ਿਆਦਾ ਬੈਟਰ ਲੱਗਿਆ। ਜੀ ਬਿਲਕੁਲ ਠੀਕ ਹੈ ਜਤਿੰਦਰ ਜੀ, ਹਰ ਇੰਡਸਟਰੀਅਲਿਸਟ ਜਿਹੜਾ ਵਾ ਕਈ ਕੁਛ ਵੇਖਦਾ ਵਾ ਔਰ ਫਿਰ ਹੀ ਕਰਦਾ, ਔਰ ਵਾਕਈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਰਨ ਦੀ ਬਜਾਏ, ਮੈਨੂੰ ਯਾਦ ਹੈ ਪਿਛਲੀ ਸਬਮਿਟ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਵੀ ਇਹਨਾਂ ਲੋਕਾਂ ਤੋਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਇਹਨਾਂ ਨਾਲ ਕਰਾਓ, ਇਹਨਾਂ ਤੋਂ ਮੈਮੋਰੈਂਡਮ ਆਫ ਕਮਿਟਮੈਂਟ ਲਓ। ਸੋ ਵਾਕਈ ਕਮਿਟਮੈਂਟ ਦੇ ਆ, ਕਮਿਟ ਕਿੰਨਾ ਪੈਸਾ ਲੋਕ ਕਰਦੇ ਆ ਉਹ ਬਹੁਤ ਅਹਿਮ ਹੋਊਗੀ, ਸਿਰਫ ਇੱਕ ਅੰਡਰਸਟੈਂਡਿੰਗ ਜਿਹੜੀ ਆ ਦੇਣੀ ਜਾਂ ਵਾਅਦੇ ਕਰਨੇ ਜਿਹੜੇ ਆ ਉਹਦੇ ਨਾਲ ਇੰਡਸਟਰੀ ਜਿਹੜੀ ਆ ਉਹ ਗਾਂ ਨਹੀਂ ਚੱਲਦੀ। ਸੋ ਜਤਿੰਦਰ ਸਿੰਘ ਹੁਣਾਂ ਦਾ ਕਹਿਣਾ ਵੀ ਇਹ ਸਿਰਫ ਆਈ ਵਾਸ਼ ਹੈ ਜੋ ਹੋ ਰਿਹਾ। ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ ਹੈਲੋ ਹਾਂਜੀ ਸੰਧੂ ਸਾਹਿਬ। ਹਾਂਜੀ ਹਾਂਜੀ ਭਾਈ ਸਾਹਿਬ। ਹਾਂਜੀ ਸਤਿੰਦਰਪਾਲ ਬੋਲਦਾ ਜੀ, ਕੈਨੇਡਾ ਤੋਂ, ਟੋਰਾਂਟੋ ਤੋਂ। ਕੌਣ ਜੀ? ਸਤਿੰਦਰ ਸਤਿੰਦਰਪਾਲ ਜੀ, ਹਾਂਜੀ ਟੋਰਾਂਟੋ ਤੋਂ। ਹਾਂਜੀ ਹਾਂਜੀ ਇੰਦਰਪਾਲ। ਹਾਂਜੀ ਇੰਦਰਪਾਲ ਜੀ, ਐਕਚੁਅਲੀ ਮੈਂ ਥੋੜ੍ਹਾ ਲੇਟ ਔਨ ਕੀਤਾ ਪ੍ਰੋਗਰਾਮ ਤੁਹਾਡਾ, ਬਟ ਵੈਰੀ ਗੁੱਡ ਟੌਪਿਕ 'ਤੇ ਚੱਲ ਰਿਹਾ ਸੀਗਾ। ਮੈਂ ਥੋੜ੍ਹਾ ਜਿਹਾ ਦੇਖ ਰਿਹਾ ਸੀਗਾ ਵੀ ਆ ਅੰਬਾਨੀਆਂ ਨੇ ਥੋੜ੍ਹਾ ਬਹੁਤਾ ਇਨਵੈਸਟ ਕਰਨ ਬਾਰੇ ਜਿਸ ਕੀਤੀ ਆ ਬੈਂਕਾਂ, ਕੋਈ ਕਹਿੰਦੇ ਨੇ ਬੈਂਕ ਇੰਡਸਟਰੀ 'ਚ। ਹਾਂਜੀ ਅਤੇ ਮੈਨੂੰ ਲੱਗਦਾ ਵੀ ਬੈਂਕ ਇੰਡਸਟਰੀ ਦਾ ਸਿਰਫ ਇੱਕ ਕਿਸਾਨਾਂ ਨੂੰ ਕਰਜ਼ਾ ਹੀ ਦੇਣਾ ਇਹਨਾਂ ਨੇ, ਅਤੇ ਕਰਜ਼ਾ ਦੇਣ ਤੋਂ ਬਾਅਦ ਜ਼ਮੀਨਾਂ ਹੜੱਪਣੀਆਂ ਨੇ ਜੀ, ਕੁਛ ਇਸ ਟੌਪਿਕ ਦੀ ਥਿਊਰੀ ਆ। ਕੋਈ ਕੋਈ ਪ੍ਰੋਡਕਟਿਵ ਇਨਵੈਸਟਮੈਂਟ ਤਾਂ ਨਹੀਂ ਲੱਗ ਰਹੀ, ਪ੍ਰੋਡਕਟਿਵ ਇਨਵੈਸਟਮੈਂਟ ਨਹੀਂ ਲੱਗ ਰਹੀ, ਬੈਂਕ ਇੱਥੇ ਆ ਰਹੇ ਆ, ਬੈਂਕ ਜਿਹੜੇ ਆ ਉਹ ਬੇਸਿਕਲੀ ਕਰਜ਼ਾ ਦੇਣ ਵਾਸਤੇ ਹੀ ਆ ਰਹੇ ਆ, ਇਹ ਭਾਈ ਸਾਹਿਬ ਦਾ ਖਿਆਲ ਆ। ਸੋ ਉਹਨਾਂ ਦਾ ਖਿਆਲ ਹੈ ਕਿ ਪ੍ਰੋਡਕਟਿਵ ਇਨਵੈਸਟਮੈਂਟ ਨਹੀਂ ਹੋ ਰਹੀ। ਇਹ ਬੜੀ ਇੰਟਰਸਟਿੰਗ ਚੀਜ਼ ਆ ਕਿ ਇਹੋ ਜਿਹੀ ਸਮਿਟ ਦੇ ਵਿੱਚ ਇੱਕ ਪ੍ਰੋਪਰ ਲੇਖਾ ਜੋਖਾ ਜ਼ਰੂਰ ਲੈਣਾ ਚਾਹੀਦਾ ਵਾ ਵੀ ਇਨਵੈਸਟਮੈਂਟ ਜੇ ਹੋ ਰਹੀ ਆ ਤਾਂ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਹੋ ਰਹੀ ਆ, ਇਹਦੇ 'ਚੋਂ ਪੁਰਾਣੀ ਇਨਵੈਸਟਮੈਂਟ ਜਿਹੜੀ ਆ ਜਿਹੜੀ ਲੱਗੀ ਚੱਲੀ ਆ ਰਹੀ ਆ ਉਹ ਕਿੰਨੀ ਕੁ ਆ, ਨਵੀਂ ਬਿਲਕੁਲ ਕਿੰਨੀ ਆ, ਬਾਹਰੋਂ NRIs ਨੇ ਕਿੰਨਾ ਕੁ ਇਨਵੈਸਟ ਕੀਤਾ ਵਾ, ਕਿਹੜੇ ਕਿਹੜੇ ਸੈਕਟਰਸ ਦੇ ਵਿੱਚ ਇਨਵੈਸਟ ਕੀਤਾ ਵਾ, ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਔਰ ਪੰਜਾਬ ਦੇ ਵਿੱਚ ਕਿਉਂਕਿ ਆਪਣੀ ਇੱਥੇ ਐਗਰੀਕਲਚਰਲ ਇੱਥੇ ਖਿੱਤਾ ਜ਼ਿਆਦਾ ਵਾ, ਸੋ ਇੱਥੇ ਐਗਰੀਕਲਚਰਲ ਇੰਡਸਟਰੀ ਨੂੰ ਬੜਾਵਾ ਦੇਣ ਦੀ ਲੋੜ ਆ। ਮੈਨੂੰ ਨਹੀਂ ਪਤਾ ਵੀ ਇਸ ਸਮਿਟ ਦੇ ਵਿੱਚ ਐਗਰੀਕਲਚਰਲ ਇੰਡਸਟਰੀ ਕਿੰਨੀ ਕਿੱਥੇ ਲੱਗਣ ਜਾ ਰਹੀ ਆ, ਸ਼ਾਇਦ ਇਹੋ ਜਿਹੀਆਂ ਚੀਜ਼ਾਂ ਨੂੰ ਬੜਾਵਾ ਦੇਣ ਦੀ ਲੋੜ ਹੈ। ਸੋ ਦੋ ਚੀਜ਼ਾਂ ਬਹੁਤ ਜ਼ਰੂਰੀ ਆ, ਐਗਰੀਕਲਚਰਲ ਇੰਡਸਟਰੀ ਔਰ ਪੁਰਾਣੀ ਇੰਡਸਟਰੀ ਨੂੰ
ਆਪਾਂ ਹੋਰ ਹੱਲਾਸ਼ੇਰੀ ਦੇਈਏ। ਇਹ ਤਿੰਨ ਚਾਰ ਚੀਜ਼ਾਂ ਬਹੁਤ ਜ਼ਰੂਰੀ ਹੈ। ਮੈਂ ਇੱਥੇ ਕਦੀ ਈਮੇਲ ਜ਼ਰੂਰ ਮੈਂ ਕੱਢ ਲਵਾਂ, ਕਿਉਂਕਿ ਈਮੇਲ ਸਾਨੂੰ ਬਹੁਤ ਲਗਾਤਾਰ ਆਉਂਦੀਆਂ ਰਹਿੰਦੀਆਂ ਵਾਂ, ਸੋ ਈਮੇਲਸ ਜਿਹੜੀਆਂ ਵਾ ਉਹ ਲੈਣੀਆਂ ਵੀ ਬਹੁਤ ਜ਼ਰੂਰੀ ਆ। ਰੀਨੋ ਨਵੇਡਾ ਤੋਂ ਗੁਰਪ੍ਰਤਾਪ ਸਿੰਘ ਮੰਡ ਹੋਣਾ ਦਾ ਹੋਣਾ ਦੀ ਇੱਕ ਈਮੇਲ ਆਈ ਆ। ਉਹਨਾਂ ਨੇ ਇਹ ਈਮੇਲ ਜਿਹੜੀ ਆ ਮੌਜੂਦਾ ਧਾਰਮਿਕ ਸੰਕਟ ਬਾਰੇ ਲਿਖੀ ਆ। ਉਹਨਾਂ ਕਿਹਾ ਹੈ ਕਿ ਕਿਉਂਕਿ ਲੋਕਾਂ ਵੱਲੋਂ ਚੁਣੀ ਹੋਈ ਐੱਸ ਜੀ ਪੀ ਸੀ ਉੱਤੇ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ, ਸਹਿਜਧਾਰੀ ਫੈਡਰੇਸ਼ਨ ਨੂੰ ਚਾਹੀਦਾ ਹੈ ਜਿਨ੍ਹਾਂ ਨੇ ਜਿਹੜੇ ਕੋਰਟ 'ਚ ਗਏ ਸੀ ਕਿ ਉਹਨਾਂ ਵੱਲੋਂ ਕੀਤਾ ਗਿਆ ਜਿਹੜਾ ਕੇਸ ਹੈ ਉਹ ਕੇਸ ਵਾਪਸ ਲੈ ਲੈਣ। ਜੇ ਉਹ ਨਹੀਂ ਕਰਦੇ ਤਾਂ ਐੱਸ ਜੀ ਪੀ ਸੀ ਦੀਆਂ ਨਵੀਆਂ ਚੋਣਾਂ ਹੋਣੀਆਂ ਚਾਹੀਦੀਆਂ ਵਾਂ। ਇਹ ਇਸ ਲਈ ਜ਼ਰੂਰੀ ਹੈ ਕਿ ਹੁਣ ਵਾਲੀ ਜਿਹੜੀ ਐੱਸ ਜੀ ਪੀ ਸੀ ਹੈ ਉਹ ਪੁਰਾਣੀ ਬਾਡੀ ਆ ਅਤੇ ਲੋਕਾਂ ਦੇ ਵਿਚਾਰ ਔਰ ਭਾਵਨਾਵਾਂ ਦੀ ਉਹ ਨੁਮਾਇੰਦਗੀ ਨਹੀਂ ਕਰਦੀ। ਮਨ ਸਾਹਿਬ ਤੁਸੀਂ ਸਹੀ ਕਿਹਾ, ਕੁਝ ਇਸੇ ਤਰ੍ਹਾਂ ਦਾ ਹੀ ਕਾਰਨ, ਕੋਈ ਇਹੋ ਜਿਹਾ ਹੀ ਕੰਮ ਕਰਨ ਦੀ ਡੈਫੀਨੇਟਲੀ ਲੋੜ ਹੈ। ਐੱਸ ਜੀ ਪੀ ਸੀ ਲੋਕਾਂ ਦੀ ਰੈਪ੍ਰਜੈਂਟੇਟਿਵ ਬਾਡੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਕੁਝ ਸੱਜਣ ਸਾਡੇ ਨਾਲ ਫਿਰ ਜੁੜ ਗਏ ਆ, ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਆ। ਹੈਲੋ, ਹੈਲੋ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਕ੍ਰਿਸ਼ਨ ਸਿੰਘ ਬੋਲ ਰਿਹਾ ਜੀ, ਫੋਰਟ ਵੇਨ ਇੰਡੀਆਨਾ ਤੋਂ। ਹਾਂਜੀ ਹਾਂਜੀ ਕ੍ਰਿਸ਼ਨ ਸਿੰਘ ਜੀ, ਸਵਾਗਤ ਹੈ। ਮੇਰੇ ਦੋ ਕੁਐਸਚਨ ਹੈ ਜੀ ਅੱਜ ਦੇ ਮੁੱਦੇ ਬਾਰੇ, ਇਨਵੈਸਟਮੈਂਟ ਬਾਰੇ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਪੰਜਾਬ ਦੇ ਜਿਵੇਂ ਹਾਲਾਤ ਅੱਜ ਕੱਲ੍ਹ ਚੱਲ ਰਹੇ ਆ, ਕੋਈ ਬਾਹਰੋਂ ਕਿਉਂ ਇਨਵੈਸਟਮੈਂਟ ਕਰੂਗਾ ਪੰਜਾਬ 'ਚ ਜਾ ਕੇ ਜੀ? ਅਤੇ ਦੂਸਰੀ ਗੱਲ ਮੇਰੀ ਇਹ ਹੈਗੀ ਆ ਵੀ ਦਿਨ ਪਰ ਦਿਨ ਜਿਹੜਾ ਡਾਲਰ ਹੈਗਾ ਆ ਅਗੇਂਸਟ ਰੂਪੀ ਉਹ ਵੱਧਦਾ ਹੀ ਜਾਂਦਾ ਜੀ। ਮਤਲਬ ਅੱਜ ਤੋਂ ਜਿਹੜੇ 4-5 ਸਾਲ ਪਹਿਲਾਂ ਇਨਵੈਸਟਮੈਂਟ ਕੀਤੀ ਸੀ ਅੱਜ ਉਹ ਅੱਧੀ ਰਹਿ ਗਈ ਜੀ। ਅਤੇ ਸੈਂਟਰਲ ਗੌਰਮੈਂਟ ਕੋਈ ਐਸਾ ਉਪਰਾਲਾ ਨਹੀਂ ਕਰ ਰਹੀ ਜਿਹਦੇ ਨਾਲ ਕਿ ਰੁਪਈਏ ਦੀ ਕੀਮਤ ਵਧੇ ਜੀ, ਅਤੇ ਜਿਹੜੀ ਫੋਰਨ ਤੋਂ ਇਨਵੈਸਟਮੈਂਟ ਹੈ ਜਿਹੜੀ ਅਟਰੈਕਟ ਹੋਵੇ ਜੀ। ਅਤੇ ਜਦੋਂ ਅਸੀਂ ਇੱਥੇ ਕੋਈ ਪੈਸਾ ਇਨਵੈਸਟ ਕਰਦੇ ਹਾਂ ਅਤੇ ਅਸੀਂ ਵਾਪਸ ਲਿਆਉਣਾ ਚਾਹੁੰਦੇ ਹਾਂ, ਉਹ ਸਾਡਾ ਉੱਦਾਂ ਹੀ ਅੱਧਾ ਰਹਿ ਜਾਂਦਾ ਜੀ। ਸੋ ਮੇਰਾ ਇਹੀ ਮੇਰਾ ਕੁਐਸਚਨ ਸੀਗਾ ਵੀ ਵਟ ਰੀਜ਼ਨ ਡੂ ਵੀ ਹੈਵ ਟੂ ਇਨਵੈਸਟ ਇਨ ਪੰਜਾਬ। ਬਹੁਤ ਵਧੀਆ ਸਵਾਲ, ਬਹੁਤ ਵਧੀਆ ਸਵਾਲ ਭਾਈ ਸਾਹਿਬ ਨੇ ਪੁੱਛਿਆ, ਵਟ ਰੀਜ਼ਨ ਡੂ ਵੀ ਹੈਵ ਟੂ ਇਨਵੈਸਟ ਇਨ ਪੰਜਾਬ। ਵਾਕਈ ਇਹ ਸਾਰੇ ਜਿਹੜੇ ਆ ਉਦਯੋਗਪਤੀ ਆ ਇਹ ਸਵਾਲ ਸ਼ਾਇਦ ਆਪਣੇ ਆਪ ਨੂੰ ਪੁੱਛਦੇ ਆ। ਇਹੋ ਹੀ ਸਵਾਲ ਜਿਹੜਾ ਵਾ ਪੰਜਾਬ ਸਰਕਾਰ ਨੂੰ ਇਹਦੇ ਵਾਸਤੇ ਜਵਾਬ ਸੋਚਣਾ ਪਊਗਾ ਵੀ ਵਟ ਰੀਜ਼ਨਸ, ਕਿਉਂ ਲੋਕ ਇੱਥੇ ਇਨਵੈਸਟ ਕਰਨ ਇਹਨਾਂ ਹਾਲਾਤਾਂ ਦੇ ਵਿੱਚ। ਇੱਕ ਹੋਰ ਸੱਜਣ ਦੀ ਕਾਲ ਲੈ ਕੇ ਅਤੇ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਹੈਲੋ, ਹੈਲੋ, ਹਾਂਜੀ ਹਾਂਜੀ ਭਾਈ ਸਾਹਿਬ, ਸੰਖੇਪ ਦੇ ਵਿੱਚ 20 ਸੈਕਿੰਡ ਹੈ ਆਪਣੇ ਕੋਲ ਸਿਰਫ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂ ਭਾਈ, ਮੈਂ ਦਲਜੀਤ ਸਿੰਘ ਸਿੱਧੂ ਬੋਲਦਾ ਜੀ। ਹਾਂਜੀ ਸਿੱਧੂ ਸਾਹਿਬ, ਦੱਸੋ ਕੀ ਵਿਚਾਰ ਨੇ ਤੁਹਾਡੇ? ਹਾਂਜੀ ਭਾਈ ਸਾਹਿਬ, ਇਹ ਆ ਜਿਹੜਾ ਵੀ ਹੁਣ ਮਸਲਾ ਚੱਲਣ ਡਿਆ ਵਾ, ਵੇਖੋ ਹੁਣ ਇਹ ਵੀ ਆਪਣੇ ਸਰਕਾਰ ਜਿਹੜੀ ਜੀ ਵੀ ਜਿਹੜੀ ਸਰਕਾਰ ਆ ਹੁਣ ਆਪਣੇ ਵੀ ਹੋਰ ਬੰਨੇ ਉਲਝਾਉਣ ਡਈ ਆ ਜੀ, ਤੇ ਇਹਦੇ ਵਾਸਤੇ ਵੀ ਇਹ ਜਿਹੜੀ ਗੱਲ ਆ ਵੀ ਜਿਹੜੀ ਜਿਹੜਾ ਵੀ ਮਸਲਾ ਹੁਣ ਸ਼ੁਰੂ ਹੋਇਆ ਸੀ ਜਾਂ ਆਪਣੇ ਧਾਰਮਿਕ ਦਾ ਜੀ, ਤੇ ਇਹਦੇ ਵਿੱਚ ਵੀ ਜੋ ਵੀ ਆ ਕੁਛ ਵੀ ਮਾੜੀ ਗੱਲ ਹੋਣ ਡਈ ਆ ਵੀ ਜਿਹੜਾ ਵਾ ਵੀ ਆਪਣੇ ਸਭ ਤੋਂ ਵੱਡੀ ਜਿਹੜੀ ਚੀਜ਼ ਆ ਆਪਣੇ ਸਿੰਘ ਸਾਹਿਬ ਆਪਣੇ ਸੋਰੀ ਜੀ ਜੀ ਸਿੰਘ ਸਾਹਿਬ, ਮੇਰੇ ਖਿਆਲ ਤੁਸੀਂ ਕਹਿਣਾ ਇਹ ਚਾਹੁੰਦੇ ਜੇ ਵੀ ਜਿਹੜੇ ਅਸਲੀ ਮਸਲੇ ਆ ਉਹਨਾਂ ਤੋਂ ਧਿਆਨ ਹਟਾਉਣ ਵਾਸਤੇ, ਲੋਕਾਂ ਨੂੰ ਉਲਝਾਉਣ ਵਾਸਤੇ ਸ਼ਾਇਦ ਇਹ ਸਰਕਾਰ ਜਿਹੜੀ ਆ ਇਹੋ ਜਿਹੇ ਕਾਰੇ ਕਰ ਰਹੀ ਆ। ਇਹਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ, ਸਰਕਾਰ ਨੂੰ ਪਹਿਲਾਂ ਜਿਹੜੇ ਮਸਲੇ ਆ ਉਹ ਸੁਲਝਾਉਣੇ ਚਾਹੀਦੇ ਆ। ਬਿਲਕੁਲ ਠੀਕ ਆ, ਹੁਣ ਸਮਾਂ ਖਤਮ ਹੋ ਰਿਹਾ, ਸੋ ਮੈਨੂੰ ਦਿਓ ਇਜਾਜ਼ਤ, ਹੁਣ ਆਪਾਂ ਕੱਲ੍ਹ ਮਿਲਾਂਗੇ ਕੋਈ ਨਾ ਕੋਈ ਨਵਾਂ ਮਸਲਾ
ਇਨਫੈਕਟ ਜੋ ਪੰਜਾਬ ਦੇ ਤਾਜ਼ੇ ਹਾਲਾਤ ਬਣ ਗਏ ਉਹਦੀ ਮੈਂ ਅਪਡੇਟ ਵੀ ਦਊਂਗਾ, ਉਹਦੇ 'ਤੇ ਆਪਾਂ ਵਿਚਾਰ ਵੀ ਸਾਂਝੇ ਕਰਾਂਗੇ। ਜੇ ਹੋਰ ਉਹਨਾਂ ਦਾ ਕੋਈ ਇੰਪੋਰਟੈਂਟ ਗੱਲ ਹੋਈ ਤਾਂ ਉਹਨੂੰ ਵੀ ਆਪਾਂ ਲੈ ਕੇ ਆਵਾਂਗੇ ਕੱਲ੍ਹ, ਔਰ ਉਹਦੇ 'ਤੇ ਆਪਾਂ ਕੱਲ੍ਹ ਵਿਚਾਰ ਵਟਾਂਦਰਾ ਕਰਾਂਗੇ। ਸੋ ਅੱਜ ਇੰਨਾ ਹੀ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।